ਇੱਥੇ ਕੋਠੀ ਵਿੱਚ ਕਿਤਨੇ ਰਿਸ਼ਤੇ ਮੈਂ ਤੱਕੇ ਇਸ ਨਿੱਕੇ ਨੇ, ਕਿਰੋਂ ਕੁਰੇ ਖੈਰ ਨੀ ਕੋਈ ਖਬਰ ਆਈ ਹੈ। ਜ਼ਲੀਲ ਹੀ ਹੋਏ ਆ, ਮਣੇ ਵੀ ਕੀਤਾ। ਕਿਉਂ? ਉਹ ਉਹਨਾਂ ਨੇ ਕਰ ਗਏ ਸੀ ਆ ਕੋਟਲੀ ਵਾਲੇ ਸੀ ਨਾ, ਕਿਤਨੀ ਸਾਡੀ ਇੱਜ਼ਤ ਕੀਤੀ ਨੇ, ਕਿਤਨੇ ਫੁੱਲ ਅਸਾਂ ਕਿਤੀਆਂ ਵਿਛਾਏ ਨੇ ਰਾਹ ਚ। ਮੈਂ ਨਾ ਛੋੜ ਨਾ ਬੱਕਰੇ ਕੋਏ ਦੇਗਾਂ ਚਾੜੀਆਂ, ਇਤਨੇ ਅੱਛੇ ਉਹਨਾਂ ਸਨ ਬਿਸਤਰੇ ਦਿੱਤੇ, ਰਾਤੀ ਰਹਿਣੇ ਨਾ ਕਿਹੜਾ ਸੋਹਣਾ ਬੰਦੋਬਸਤ ਕੀਤਾ ਨੇ। ਕਿਤਾਂ ਕੀਤੀਆਂ ਨੇ, ਨੌਕਰ ਅੱਗੇ ਪਿੱਛੇ ਫਿਰਨੇ ਸੇ। ਇਹ ਬਿੱਛੂ ਨਾ ਪੁੱਤਰ, ਜਿਸਲੇ ਬੋਲਿਆ ਤੇ ਉਸਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਅੱਲਾ ਉੱਚ ਪਈ ਕਬੂ ਤਖਾ ਮਾਰੀ ਮਾਰੀ ਚੁੱਕੀ ਕਿਆ, ਕੋਈ ਰਿਸ਼ਤਾ ਨਹੀਂ ਲੱਭਣਾ ਪਿਆ ਮਿੱਕੀ, ਸਿਰ ਤੁਸਾਂ ਦੀ ਵਜ੍ਹਾ ਨਾਲ ਮਾਰਾ ਰਿਸ਼ਤਾ ਨਹੀਂ ਪਿਆਉਣਾ। ਮੈਂ ਇਸ ਕੀ ਆਖਿਆ ਸਾ ਆਪਣੀ ਜੀਬ ਕੀ ਬੰਦ ਰੱਖੀ, ਪਰ ਇਹ ਚੁੱਪ ਤੇ ਰਹਿਣਾ ਹੀ ਨਹੀਂ ਨਾ, ਜ਼ਰੂਰ ਬੋਲਣਾ, ਜ਼ਰੂਰ ਲੁੱਚ ਤਲਣਾ। ਹੋਰ ਖਵਾਲ ਇਸ ਕੀ ਰੋਟੀ, ਤਰੇ ਬੰਦੇ ਨੇ ਰੋਟੀ ਖਾਣਾ, ਰਿਸ਼ਤਾ ਨਹੀਂ ਸਣਾ। ਗੱਲਾਂ ਬਾਣਾ ਜਦੋਂ ਕਰਨਾ ਤੇ ਨਾ ਬੋਲੇ ਆਰਨਾ, ਉੱਥੇ ਚੰਗੀ ਭਲੀ ਗੱਲ ਪੱਕੀ ਹੋਣ ਲੱਗੀ ਹੈ, ਉੱਥੇ ਬੜੀ ਮਿਹਰਬਾਨੀ ਜੀ। ਉੱਥੇ ਨਾ ਬੋਲਿਆ, ਚੁੱਪ ਰਹੀ ਕਿਵੇਂ ਤਰ੍ਹਾਂ ਕੀ ਦਾ, ਚੁੱਪ ਰਹੀ ਕਿਵੇਂ ਪੂਰਾ ਰਿਸ਼ਤਾ ਨਹੀਂ ਪਿਆਉਣਾ ਸੀ। ਹੁਣ ਤੂੰ ਜੀਵ ਬੰਦ ਰੱਖਿਆ ਕਰ, ਉਹਨਾਂ ਬੋਲਿਆ ਲੈ ਫੇਰ ਤੁਸਾਂ ਜੀਵ ਖੋਲੀ ਕੋਲ ਕਸਰ ਵੀ ਜਿਹੜੀ ਕੱਢੀ ਨੇ। ਅੱਛਾ ਆਏ, ਮੈਂ ਤੇ ਇਹੀ ਬੁਰੀ ਆ। ਚੰਗਾ ਬੋਲਾ, ਚਲੋ ਹੀ ਮਾਰਾ ਰਿਸ਼ਤਾ ਆਏਗਾ ਸ਼ਹਿਰ ਚਲੋ ਹੀ, ਜੇ ਤੁਸਾਂ ਆਪਣੇ ਜੇਜ਼ ਦਾ ਮੁਤਾਲਬਾ ਨਾ ਕਰੋ। ਹੁਣ ਤੇ ਜੇਜ਼ ਨਾ ਮੁਤਾਲਬਾ, ਅੱਗੋਂ ਗੱਲਾਂ ਕਰਨਾ ਮਾਰ ਸਿੰਘ ਸੁਣਿਆ, ਪਰ ਅੱਗੋਂ ਗੱਲਾਂ ਵੇਖ ਕਰਨਾ। ਗੱਡੀ ਕੋਲ ਪੂਰਾ ਗੱਡੀ ਲਗੀ ਕਿ ਅੱਗਾ ਤੱਕ ਅੱਗਾ ਤੱਕ ਅੱਗਾ ਤੱਕ ਇਹ ਗੱਡੀ ਨੂੰ ਚਲਾਉ ਤੂੰ ਮਾਰੀ ਖਾਂਦਾ ਨੇ ਵਿਆਹ ਵੀ ਨਾ ਕਰਾਉ। ਕਿਤਨੇ ਰਿਸ਼ਤੇ ਤਖੇ ਨ ਕੀ ਹੋ ਸਕਣਾ, ਇਹ ਜ਼ਲਾਲਤ ਮਾੜੀ ਜ਼ਿੰਦਗੀ ਚ ਲਿਖੀ। ਨਾ ਇਹ ਜੇ ਗੱਲਾਂ ਨਾ ਕਰੋ, ਅੱਲਾ ਜ਼ਿੰਦਗੀ ਦੇਸ, ਅੱਲਾ ਯਾਦੀ ਦੇਸ। ਇਹ ਤੂੰ ਮੜੇ ਪੇ ਤੱਕ ਇਹ ਮੋਟਰਸਾਈਕਲ ਪਿੱਛੇ ਜਿਹੜੀ ਕੁੜੀਆਂ ਬੈਠੀਆਂ ਹੋਣ ਉਹਨਾਂ ਦਾ ਤਖਣੀ ਹੈ। ਕੀ ਮੜਦੇ ਕੀ ਤਖਣੀ ਹੋਣ ਤਖਣੀਆਂ। ਚਲ ਹੁਣ ਅੱਛੀਆਂ ਅੱਛੀਆਂ ਗੱਲਾਂ ਕਰ। ਓ ਪਰਵਾਹ ਕਿ ਇਹ ਦਰ ਤੱਕ ਨਾ ਕੇ ਆਏ, ਪਹਿਲੇ ਖੁਦੀ ਗਿਆ ਸੀ ਦੋਤੀਆਂ ਪੀਸ ਨਹੀਂ ਆ। ਅੱਬਾ ਜੀ ਸਾਡੇ ਘਰ ਵੀ ਕੰਨੇ ਅਮਰ ਕੋਲ ਬੈਠੇ ਨੇ ਮਾਰੇ। ਪੁੱਤਰ ਖੈਰ ਆ, ਤੁਹਾਡੇ ਰਿਸ਼ਤੇ ਦੀਆਂ ਜੁਲੀਆਂ ਨਾ ਤਾਂ ਮਾਰੇ ਮੈਂ ਖੁਸ਼ ਹੀ ਆ, ਖੈਰ ਹੈ। ਇਹ ਤੁਹਾਡੇ ਚਾਚੇ ਹੋਰਾਂ ਦਾ ਘਰ ਹੈ, ਮਾਫ ਕਰਿਆ। ਇੱਥੇ ਮਾਰਾ ਰਿਸ਼ਤਾ ਹੋ ਸੀ ਨਾ, ਇਨਸ਼ਾਅੱਲਾ। ਅੱਬਾ ਜੀ ਤੁਸਾਂ ਜੁਲੋ ਨਾ, ਉਹਦਾ ਕੋਈ ਕੁੱਤੇ ਬੁੱਧੇ ਹੈਗੇ। ਆਏ ਤੂੰ ਇੱਕੋ ਜੀ ਨਹੀਂ ਆਖਣੇ ਕੁੱਤੇ, ਆ ਜੁਲਾ ਅੰਦਰ, ਬੰਦ ਕਰ ਗੱਡੀ। ਜੁਲ ਵੇ thank you.
अशकरे साड़ा अपना घर है हुण तां आण जाण लगा रहा सी जिहड़ी सही गल है उस दराणे आ ओ असां आए सी आ तुसां नी धीउ ना रिश्ता मंगणे अपने पुत्र आस्तै बड़ी खुश रहसी तुसां नी तीस साडे घर आहां किया नी तुसां तो बहुत वड्डे मलक हो असां नी रिश्तेदार भी हो ते मुंडा नी तुसां आंदा जी मलक जी इस सिलसिले विच हाजिर होए आ ठीक है तुसां मुंडा ते टकाओ ना कुत्थे आ ए तुहाड़ी जिहड़ी धी है अल्लाह उसकी जिंदगी दे दे आमीन ए कोई पढ़ी लिखी है हां बहुत पढ़ी लिखी है अल्लाह बीए कीता बीए कीता हां साड़ा मुड़ा भी बहुत पढ़िया पहले नंबर पर आया हला फिर लाले पास क्या करनी है उंज भी बहुत नेक है जिस वेला महल्ले विचों लंघना ते लोकी दरवाजियां विचों खल के तकने छते अपरू चातियां मारने बहुत नेक तबीयत है हां ठीक है तुसा मुंडा ते तकाओ ना हां हां जी मुड़ा ना लाया जी अल्लाह जिंदगी दे मड़ा हम पुत्र जी ना ले कुत्थे आ ओ असा ना ही आया ना जी पुत्र ना लाया या ना सड़े केड़ा इथे तको ना जी सलाम करो उठ के मलक साहब जी जी ए मलक जी ए मड़ा पुत्र है ना ए इसा ने रिश्ते ती आया ए ए क्या कच्चा कच्चा तुरटी क्या जे जे भी है ते मलका ना पुत्र ने जी जिम्मे है उंज भी माल डंगोर है किस चीज नी कमी है अपना घर है ए मुंडा तुसा फिकर ही ना करो मलके किसे नाल जिक्र भी ना करो छे बारी दूध पीना है दिहाड़ी मारी कली थी ये जानी बुझी तो खोए विच ते नहीं सुट्टी सकना तुहाड़ी थी असा घर बहुत खुश रह सी तुसा फिकर ना करियो ਤੁਹਾਡੀ ਧੀ ਸਾਡੀ ਧੀ ਹੈ ਇਹ ਪੁੱਤਰ ਹੁਣ ਤੁਹਾਡਾ ਹੀ ਹੈ ਬਸ ਮਾੜਾ ਖਿਆਲ ਹੈ ਤੁਸੀਂ ਚਾਹ ਪੀ ਲਈ ਉਸੀ ਆ ਪੀ ਲਈ ਜੀ ਰੋਟੀ ਹੁਣ ਘਰ ਜਾ ਕੇ ਹੀ ਖਾਸੋ ਆ ਨਹੀਂ ਅਸੀਂ ਤੇ ਇੱਥੇ ਹੀ ਰਹਿ ਸਾਂ ਹੁਣ ਅਸੀਂ ਤਾਂ ਘਰੇ ਵਾਲਿਆਂ ਆ ਖਾਇਆ ਕਿ ਅਸੀਂ ਹੁਣ ਸਵੇਲੇ ਆਸੀ ਤੁਸਾਂ ਨੇ ਧੀ ਅਸਾਂ ਨੇ ਘਰ ਬਹੁਤ ਖੁਸ਼ ਰਹਿਸੀ ਹਾਂਜੀ ਤੁਹਾਡੀ ਧੀ ਬਹੁਤ ਖੁਸ਼ ਨਸੀਬ ਹੈ ਦੇਖੋ ਨਾ ਕਿ ਜੀ ਸੱਸ ਲੱਭੀ ਹੈ ਬਿਲਕੁਲ ਯੰਗ 22-23 ਸਾਲਾਂ ਦੀ ਹੈ ਤੁਸੀ ਇਸ ਤਰ੍ਹਾਂ ਨਾ ਜਾਸੋ ਮੈਂ ਇੱਕ ਜੈਕ ਵੀ ਪਾ ਲਿਆ ਕਿਆ ਮਤਲਬ ਜਿਹੜੇ ਤੁਸਾਂ ਜੇ ਮਹਿਮਾਨਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਭੇਜੀ ਛੱਡਣਾ ਤੁਸਾਂ ਨਾਲ ਤੇ ਮਾੜਾ ਮਜ਼ਾਕ ਹੀ ਨਹੀਂ ਹੈ ਮਲਕ ਸਾਹਿਬ ਹਾਲਾਂ ਤੁਹਾਡਾ ਮੂੰਹ ਹੀ ਨਹੀਂ ਹੈ ਮਲਕਾਂ ਵਾਲਾ ਲੇਕਿਨ ਚੱਲ ਛੋੜੋ ਇਹ ਗੱਲ ਫਿਰ ਲੰਮੀ ਹੋਈ ਗਈ ਸੀ ਮਾੜਾ ਖਿਆਲ ਹੈ ਤੁਸੀਂ ਇਸ ਤਰ੍ਹਾਂ ਨਾ ਜਾਸੋ ਮੈਂ ਜੈਕ ਦੀ ਬੁਲਾਈ ਕੇ ਨਾ ਮਾੜਾ ਖਿਆਲ ਹੈ ਤੁਸੀਂ ਇਸ ਤਰ੍ਹਾਂ ਨਾ ਜਾਸੋ ਮੈਂ ਆਵਾਜ਼ ਦੇਣਾ ਜੈਕ ਜੈਕ ਅੱਬਾ ਉਠੋ ਅੱਬਾ ਉਠੋ ਜੈਕ ਜੈਕ ਤੁਹਾਡਾ ਬੜਾ ਭਰਾ ਹੈ ਅੱਜ ਸਾਰੇ ਤਜਰਬੇ ਮੁਕਾ ਸਾਡੀ ਫਰਮਾਇਸ਼ ਤੇ ਅੱਜ
जिल्ला असा 15 साल पहले रिटायर होए सियां ओ असा रिटायर होए सियां ओ मन्नी की नो असे हुकूमत रिटायर कीता सा हां मन्नी गए ना उसला मैं तुया आना होसा के आ वर्दश करया करा ओ क्या सस्ता ओए ताकना वर्दश करे ना मेरा पेट ओदा होई गया पागला मैं वर्दश करी ता किया टाइम जाया करा तू की पता नहीं मैं तजर्बा करना बया बुड्ढे की जवान करने ना ओ तू तजर्बे करे तजर्बे बया ओए ओए तजर्बे करना ते मूजी अमराज प्रकार एज प्रकार ओए तजर्बे करना ते गुरबत प्रकार ओए ओए तू कुफर करना है ओ कुफर करना है तक तमाशा ओ पागला अल्लाह ताला असास्ते खजाने पोशीदा कीते असा की दिमाग देता असा उसना की लोड़ना ते मैं उआ करना पिया मैं केड़ा कुफर करना पिया काफर से मेरी याद आया नमाज का टाइम हो गया मैं जुलिया नमाज पण मारी गल्ला पर गौर करया ते फिक्र करया दसो कि प्रोफेसर साहब कुछ है ना चोर्स कि हम मर गए प्रोफेसर साहब ना इस वेला जिक्र बिल्कुल नहीं करना क्या प्रोफेसर साहब अपने तजर्बे ने बिल्कुल नेड़ा लगे हुए तो इस वेला तो उन्होंने बिल्कुल टेंशन नहीं देनी उन्हें टेंशन ना दिया तो जड़ी मी टेंशन हो रही उसने क्या हो सी वो प्रोफेसर साहब मरे कोलू 15 लाख ना केमिकल उदारा आंदा ना चोर्स तुझे 15 लाख रुपये नहीं पे मिगी इत्थे 15 महीने हो गए 15 महीने बच्च हले तक मिगी एक बारी तनखा नहीं लभी तनखा तो दूर निकल गई है मिगी 15 महीने बच्च रोटी भी कुदरे कुदरे लभनी दोस्ता तुहाड़ियां तो इत्थे तनखा लगियां नहीं ना
ਮਾੜੀਆਂ ਤਨਹਾਂ ਕਿਸ ਤਰ੍ਹਾਂ ਲੱਗੀਆਂ ਹੋਈਆਂ ਇਹਦੇ। ਤੂੰ ਪ੍ਰੋਫੈਸਰ ਸਾਹਿਬ ਨੇ ਬੱਚੀ ਨਾਲ ਇਸ਼ਕ ਵਗੈਰਾ ਕਰ ਰਿਹਾ ਹੈ ਨਾ? ਪ੍ਰੋਫੈਸਰ ਸਾਹਿਬ ਨੇ ਬੱਚੀ ਨਾਲ ਮੈਂ ਇਸ਼ਕ ਲੈਣਾ ਪਿਆ, ਇਸ਼ਕੀ ਕਿਸ ਤਰ੍ਹਾਂ ਪਤਾ ਲੱਗਾ? ਤੂੰ ਤਾਂ ਮੈਂ ਜੇਮਸ ਬੌਂਡ ਲੱਗਾ ਹੈ ਦੋਸਤਾ। ਮੈਂ ਇੱਥੇ ਅਸ਼ਨਾ ਜਾਣਾ ਰਹਿਣਾ ਆ, ਤੇ ਮੈਂ ਇੱਕ ਨਜ਼ਰ ਤੁਹਾਡੇ ਪਰ ਵੀ ਰੱਖੀ ਨੀ। ਮਾੜੇ ਪਰ ਨਜ਼ਰ ਰੱਖੀ ਵੀ ਹੋ ਗਈਆਂ? ਮੈਂ ਤੁਸੀਂ ਤਾੜੀ ਕਿੰਦਾ ਸਿਆ ਕਿ ਤੂੰ ਕਿਹੜੀਆਂ ਹਰਕਤਾਂ ਕਰਨਾ ਹੈ? ਨਜ਼ਰੀ ਕੀ ਛੋੜ, ਪ੍ਰੋਫੈਸਰ ਸਾਹਿਬ ਆਪਣੇ ਤਜਰਬੇ ਵਿੱਚ ਬਹੁਤ ਜਲਦੀ ਕਾਮਯਾਬ ਹੋ ਜਾ ਸਨ, ਤੇ ਜਿਸ ਤਰ੍ਹਾਂ ਪ੍ਰੋਫੈਸਰ ਹੋਰ ਆਪਣੇ ਤਜਰਬੇ 'ਚ ਕਾਮਯਾਬ ਹੋ ਹੀ ਗਏ ਨਾ, ਤੇ ਉਸ ਦਾ ਆਰਫ ਸਾਹਿਬ ਤੁਸੀਂ ਨੋਟਾਂ 'ਚ ਖੇਡ ਸੋ ਲੱਖਪਤੀ ਬਲਕਿ ਕਰੋੜਪਤੀ, ਮੈਂ ਤਾਂ ਆਉਣਾ ਤੁਸੀਂ ਖਰਬਪਤੀ ਬਣੀ ਜਾ ਸੋ ਜਨਾਬ। ਕੋਈ ਇਸੇ ਉਮੀਦ ਪਰ ਮੈਂ ਪ੍ਰੋਫੈਸਰ ਸਾਹਿਬ ਹੀ ਕੈਮੀਕਲ ਉਦਾਰਾ ਦੇ ਰਿਹਾ ਹਾਂ ਕਿ ਪ੍ਰੋਫੈਸਰ ਸਾਹਿਬ ਨਾਲ ਤਜਰਬਾ ਕਾਮਯਾਬ ਹੈ। ਇਹ ਮਾੜੀ ਇਨਵੈਸਟਮੈਂਟ ਹੈ, ਅਤੇ ਦੋਸਤਾਂ ਜਿਸਲੇ ਪ੍ਰੋਫੈਸਰ ਕਾਮਯਾਬ ਹੋ ਹੀ ਗਿਆ ਨਾ, ਤਾਂ ਮੈਂ ਸ਼ਹਿਰ ਨਾਲ ਅਮੀਰ ਤਰੀਨ ਆਦਮੀ ਬਣੀ ਜਾ ਸਾਂ, ਅਤੇ ਫਿਰ ਦੋਸਤਾਂ ਇਹ ਜਿਹੜੇ ਪਰਾਡੋ ਵੀ ਬਈ ਅਤੇ ਫਿਰਨੇ ਨਾ ਛੂੰ ਕਰੀ, ਅਤੇ ਮਾੜਾ ਜਿਲ੍ਹੇ ਉੱਪਰੋਂ ਜਹਾਜ਼ ਲੰਘਤਾ ਅਤੇ ਇਹਨਾਂ ਨਾਲ ਕਹਿ ਬਣ ਸੀ। ਆਰਫ ਸਾਹਿਬ ਥੁੱਕਾਂ ਨੇ ਪਲਾਬ ਗਾਉਣਾ ਬੰਦ ਕਰੋ। ਪਹਿਲੇ ਤੁਸੀਂ ਖਾਲਸਾ ਠੀਕ ਹੈ ਖਾਲਸੋ, ਆਈ ਐਮ ਅਸਿਸਟੈਂਟ ਆਫ ਪ੍ਰੋਫੈਸਰ ਦਿੱਤਾ, ਅਸਿਸਟੈਂਟ ਮੈਂ ਹਾਂ, ਇਸ ਕੋਠੀ ਨੇ ਵਿੱਚ ਮੈਂ ਰਹਿਣਾ ਹੈ ਪ੍ਰੋਫੈਸਰ ਸਾਹਿਬ ਦੇ ਨਾਲ, ਅਤੇ ਪਰਾਡੋ ਗੱਡੀਆਂ ਤੁਸਾਂ ਕੋਲ ਹੋ ਸਨ, ਇਹ ਕਿਸ ਤਰ੍ਹਾਂ ਹੋ ਸਕਣਾ? ਅੱਛਾ ਇਹ ਦੱਸ ਤੁਹਾਡਾ ਚੱਕਰ ਕੁੱਥਾ ਤੁਹਾਡੀ ਪਹੁੰਚਿਆ? ਛੋੜ। ਅੱਛਾ ਛੋੜੀ ਦਿੱਤਾ ਜੀ, ਕਿਆ ਮਤਲਬ? ਮਾੜਾ ਮਤਲਬ ਹੈ ਫਿਰ ਮੈਂ ਨਾ ਟਰਾਈ ਮਾਰਾਂ? ਆਰਫ ਸਾਹਿਬ ਤੁਸੀਂ ਗੱਲ ਕਿਸ ਤਰ੍ਹਾਂ ਕੀਤੀ? ਉਹ ਮੂੰਹ ਨਾਲ ਕੀਤੀ, ਹੋਰ ਕਿਸ ਤਰ੍ਹਾਂ ਕੀਤੀ? ਹੋਰ ਚੱਲ ਉੱਠ। ਉਹ ਤੁਹਾਡੀ ਜ਼ਰੂਰਤ ਕਿਸ ਤਰ੍ਹਾਂ ਕੀ ਤੁਸੀਂ ਗੱਲ ਕੀਤੀ? ਆਰਾਮ ਸੰਗ ਓਏ, ਤੁਸੀਂ ਮਾੜੇ ਪੈਸੇ ਦੇਣੇ। ਪੈਸਾ ਕਿੰਨੇ ਸੀ? ਤੂੰ ਸਿੱਧਾ ਕਾਰ ਆ ਬੈਠੀਏ, ਇੱਦਾਂ ਵਾ ਤੂੰ ਕਾਰ ਆਇਆ ਨਾ, ਮੈਂ ਤੁਹਾਡੀ ਲੱਤਾਂ ਬਣੀ ਇੱਥੇ ਵੀ ਦੇਈ ਛੋੜਦਾ, ਤੂੰ ਕੀ ਜਾਣਨਾ ਨਾ ਰਹਿ, ਸਮਝਾਂ ਗਏ ਤੂੰ ਆਪਣੇ ਆਪ ਹੈ ਕੀ? ਦੋਸਤਾ ਤੂੰ ਇਹ ਦੁਸ਼ਮਣੀ ਬੜੀ ਮਹਿੰਗੀ ਪੈਸੀ। ਸਹੀ ਗੱਲ ਸਹੀ ਗੜਬੜ ਕਰੀ ਨਾ ਛੋੜ। ਆਰਫ ਸਾਹਿਬ ਗੱਲ ਸੁਣੋ, ਗੱਲ ਸੁਣੋ ਮਾੜੀ। ਆਰਫ ਸਾਹਿਬ ਆਪ ਰੁਕ ਜਾ, ਰੁਕ 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 ਛੋੜ ਯਾਰ, ਰੁਕਾ ਹੈ ਤੂੰ ਤਾਂ ਗੁੱਸਾ ਹੀ ਕਰੀ ਯਾਰ। ਗੁੱਸਾ ਕਿਦਾਂ ਕਰਾਂ ਤੂੰ ਅੰਦਰ ਜਿਹੜੀ ਗੱਲਾਂ ਕੀਤੀਆਂ ਉਹ ਕਰਨਾ ਚਾਹੁੰਦੀ ਸੀ? ਓ ਆਰਫ ਆਰਫ ਜੀਰਾ, ਮੈਂ ਤੁਹਾਡਾ ਮਜ਼ਾਕ ਕਰ ਰਿਹਾ ਮੈਂ ਸਿਰਫ, ਸੱਚ ਮੁੱਚ ਗੁੱਸਾ ਕਰੀ ਕਿੰਦਾ? ਮਜ਼ਾਕ ਨਹੀਂ, ਤੂੰ ਇਹਨਾਂ ਨੂੰ ਮਾੜੀ ਪੱਕੀ ਦੋਸਤੀ ਖਤਮ। ਉਹ ਦੋਸਤੀ ਯਾਰ ਭੁੱਲੀਏ ਤੂੰ ਯਾਰ, ਤੂੰ ਟਾਂਟ ਫੈਲੋ ਟੈਕਸ ਐਪ ਇਕੱਠੇ ਬੇਨੇ ਹੋਣੇ ਸੀ ਯਾਰ, ਅਸਾਂ ਦੋਏ ਮੁੜੀ ਟੈਕਸ ਐਪ ਬੇਨੇ ਹੋਣੇ ਸੀ, ਤਾਂ ਮੰਡੀ ਨਾਲੇ ਪੁੱਛਣੀ ਤਾਂ ਇਕੱਠੇ ਦੋਏ ਨਹਾਉਣੇ ਹੋਣੇ ਸੀ, ਉਹ ਵੀ ਭੁੱਲੀ ਹੈ? ਉਹ ਵੀ ਸਾਰਾ ਕੁਝ ਯਾਦ ਆ, ਤੇ ਫਿਰ ਤੂੰ ਹੱਥ ਕਿਆ ਕਿਦਾਂ ਮਾਰਨਾ? ਤੂੰ ਮਾੜਾ ਸੱਚਾ ਤਾਂ ਪੱਕਾ ਤਾਂ ਪਿਆਰਾ ਦੋਸਤ ਹੈ, ਤੂੰ ਉਵੇਂ ਭੁੱਲੀ ਹੈ ਇਹਦਾ ਕੰਮ ਖਾ, ਤੂੰ ਮਾਇੰਡ ਨਾ ਕਰ, ਮੈਂ ਤਾਂ ਮਜ਼ਾਕ ਕਰਨਾ ਤੁਹਾਡਾ, ਤੂੰ ਉਵੇਂ ਮਾਇੰਡ ਕਰੀ ਛੁੱਟ। ਅੱਛਾ ਫਿਰ ਮਾੜਾ ਇੱਕ ਕੰਮ ਕਰ ਸੇ, ਇੱਕ ਕੰਮ ਕਿਆ ਹੋਇਆ ਸੀ, ਤੂੰ 18 ਕੰਮ ਦੱਸ ਮੈਂ ਕਰ ਸਾਂ। ਇਹ ਜਿਹੜੀ ਆ ਮੇਰਾ ਨਹੀਂ ਸਹੀ ਹੈ, ਹਾਂ ਇਸ ਨਾਲ ਮਾੜੀ ਦੋਸਤੀ ਕਰਾਈ ਹੋਣ ਨੂੰ ਛੋੜ ਸੇ। ਅੱਛਾ ਉਹ ਨਹੀਂ ਮਾੜਾ 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 ਮਤਲਬ ਸਪੋਰਟਸ 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 ਇਹਨੇ ਤਾਂ ਮੇਰਾ ਦੋਸਤੀ ਮੇਰਾ ਨਹੀਂ ਦੋਸਤੀ ਕਿ ਮੈਂ ਕਿਆ ਕਰਾਂ, ਮੈਂ ਨਾ ਦੋਸਤੀ ਕਰਾਉਣਾ ਹੋ ਸੁਣਾ ਅਲਾ ਅਲਾ ਦੋਸਤੀ ਕਰਵਾਉਂਦਾ ਇੱਥੋਂ ਜਾ ਕੰਮ ਤੇ ਇਹ ਕਿਹੜੀ ਗੱਲ ਯਾਰ, ਉਹ ਜੈਸੀ ਉਹੀ ਜੈਸੀ ਕਿਆ ਮਤਲਬ ਸਮਝ ਕੇ ਉਹੀ ਗਈ ਫਿਰ ਦੋਸਤੀ ਸ਼ੁਰੂ ਪੱਕੀ ਦੋਸਤੀ ਸ਼ੁਰੂ ਚੱਲ 50 ਸੁਟਰਾ ਛੋੜ ਸੇ। ਅੱਛਾ ਉਹ ਨਹੀਂ ਨਹੀਂ ਮਾੜਾ ਮਤ ਮਾੜਾ ਮਤਲਬ 50-60 ਤਾਂ ਜਾਣਾ ਯਾਰ ਠੀਕ ਹੈ ਜੀ। ਸ਼ੁਕਰ ਅਲਹਮਦੁਲਿਲਾ ਇਹ ਮਾਨਾ ਨਾਰਾਜ਼ ਨਹੀਂ ਆਇਆ, ਤੇ ਜੇ ਮਾਨਾ ਨਾਰਾਜ਼ ਹੋਈ ਜਾਣਾ ਮਾੜਾ ਤਾਂ ਕੰਮ ਹੋਈ ਗਿਆ ਸਾ ਨਾ। ਨਹੀਂ ਨਹੀਂ ਤੁਸੀਂ ਨਹੀਂ ਬੁਝਾਇਆ ਛੋੜ ਹੈ। ਖਬਰਾਂ ਚਲੋ ਛੋੜ ਇਸ ਗੱਲੀ ਦੀ ਲੰਮੀ ਹੋਈ ਗਈ। ਮੈਂ ਪੀ ਆਖਣੀ ਆ ਮਾੜੇ ਦਰ ਤੱਕੋ ਨੀ ਕੀ ਹੋਇਆ ਇਹ ਬਲੱਡ ਪ੍ਰੈਸ਼ਰ ਤੁਹਾਡਾ? ਬਲੱਡ ਪ੍ਰੈਸ਼ਰ ਤੇ ਸ਼ਾਦੀ ਵਾਲੇ ਦਿਹਾੜੇ ਵੀ ਆਈ ਸਾ, ਮੈਂ ਪਹਿਲੇ ਸਮਝਿਆ ਕੁਰੇ ਹੁਸਨ ਚੜਿਆ। ਨਹੀਂ ਹੁਸਨ ਚੜਿਆ ਉਹਦਾ ਤੁਸਾਂ ਕੀ ਤੱਕੀ ਧੋਈ ਗਿਆ ਸਾ। ਅਲਾ ਛੋੜੋ ਪੁਰਾਣੀ ਗੱਲ ਹੋਈ ਕੀ, ਬਿੱਲੂ ਬਾਰੇ ਕਿਆ ਸੋਚ ਲਿਆ? ਕਿਆ ਸੋਚਣਾ ਉਸਨੂੰ ਉਸਨੇ ਵਿਆਹ ਬਾਰੇ? ਖੁਦਾ ਨਹੀਂ ਬੰਦੀ ਉਸ ਵਾਸਤੇ ਕਿੱਥੋਂ ਹੁਣ ਮੈਂ ਬਿੱਲੀ ਆਣ। ਮੈਣੀਆਂ ਨਾ ਕਰਿਆ ਕਰੋ ਨਾ ਕਰਿਆ ਕਰੋ, ਇਹ ਜੇ ਖੇਖਣ ਮਾੜੇ ਨਾਲ ਮੈਣੀਆਂ, ਉਸਨੇ ਕੋਈ ਰਿਸ਼ਤੇ ਨਹੀਂ ਗੱਲ ਕਰੋ, ਉਸ ਨਾਲ ਵਿਆਹ ਕਰੀਆ ਬੜੀ ਪਰੇਸ਼ਾਨੀ ਆ। ਮੈਂ ਥੋੜੀ ਕੋਸ਼ਿਸ਼ ਕੀਤੀ, ਜਿੱਥੇ ਵੀ ਕੋਸ਼ਿਸ਼ ਕੀਤੀ ਉੱਥੇ ਜ਼ਲੀਲ ਹੀ ਹੋਏ ਆ। ਦੇਖੋ
असा मीरपुर ही आया खुई रटियो असा रिश्ता मंगया से असा अस गए आ डोडल अस गए आ मनोर अस गए आ नाड़े अस गए आ हैं पर इथे हुन कोटली रिश्ता करसा कोटली ओ खुदा नी बंदी इथे रिश्ते ना नाम ही ना कोई नी ओ इथे ऐसी इज्जतदार लोग हैं ओ लोकी क्या गल्ला कर सुन किया जे सोना माड़ा पुत्र शीर जवान गबरू तो नाले एडा गुणी है क्या है बे उसी च आज उस वे तो कोई ऐब नहीं है ऐब ते असा विच है भूं गल्ला ना करो बस उसने रिश्ते आस्ते कुसा को चुलो ओ जिना दिहाड़ा च निक्का पैदा होने वाला सा बड़ा ख्याल है मैं बैंक च काम करना सा उस दिहाड़े हाफ डे सा जिस दिन पैदा होया माड़े नसीब फुटी गए जे तुसा नाल ब्याह होया आज मैं चौधरी बरकत ने पुत्र नाल मना ब्याह है ना टंग लैंड बैठी मार ते मेमा नाल यसर नो करार किस नाल ब्याह होना सा चौधरी बरकत ने पुत्र नाल उसकी मरियो भी 9 साल हो गए पता मिकी चंगा वैर ना चौधरी ने बेवा नू अखमार हे बाड़िया मिलक जदाता तो वेलियां नी मालक मार मलकानी चदरानी आखण मिकी लो हमारी गल सुन शुक्र ते सबुर दा मकाम ही अल्लाह मैं सबुर करना ते तू शुक्र कर ते जा एक चाह आन बगैर शुक्र तू हाय मैं सबर शुक्र करनी आ हैं पर उसने ब्याह बारे की सोचो जा जा के ते चाह बना के आन माड़ियां बंगा छे और ऐसा मैं दसी छोड़िया एक काटियां अगे चोर साडे बुआ तकड़े पे ते और छे बंगा आना चाणनियां रिश्ते असमाना पर बनने जोड़ा उस निके ना भी बन जुले ते कह मिकी माड़े बिजनेस मतलब ना समझाओ मैं अपने बिजनेस ही बखूबी समझना है माड़ा भी एक दिमाग है माड़ी एक सोच है और तुसा तकना कि मैं अपने इस बिजनेस के जरिए एक दिन इस इलाके ना अमीर तरीन आदमी बन सा तुसा प्लीज अपना ये लेक्चर जड़ा ना जाई तो कॉलेज ने स्टूडेंट्स ही सुनाओ माड़ा दिमाग खराब ना करो ओए तक ओए पुत्र आरफ मैं तो ये गल समझाने से आया सा तू एक पढ़िया लिखिया ता बाशोर नौजवान तू तो प्रोफेसर दिते जरा कम शुरू किया ना सिर्फ गैर कानूनी है और गैर अखलाकी बल्कि गैर फितरी है तुम दो बाज आ जाओ प्रोफेसर साहब मैं तो इज्जत करना
इस तू पहले के माड़ी जबान तू कोई गुस्ताखी हो जाए तो सब प्लीज इतू चले जाओ। मैं तो जा सकता जी लेकिन माड़ी गलों पर ठंडे दिमाग ने सोचा कि प्रोफेसर तू सही गल आ या गलत आ। अच्छा अल्लाह बड़ा आया मैं समझा। अस्सलाम वालेकुम बाजी। वालेकुम सलाम। खियाम भाई तुसे इतनी देर किए करी छोड़ी? ओ प्रोफेसर साहब कमे च मसरूफ सन ता इस वजह थोड़ा सा लेट होईया। ऐसी कड़ी गल जड़ी सा कलेंस करनी बाओ। ओ असली च बाजी मी ये गल आखनी ते नहीं चाहिए लेकिन मजबूरी है। माड़ा एक दोस्त है वो बड़ा शर्मीला है ता शर्माना रहना ओ तुसा की बहुत ज्यादा पसंद करना ते तुसा नाल कलेयां मिलना चाहना सा। ओ केमिकल वाला मोड़ा ते नहीं? हां हां पर तुसा उसकी किस तरह जानने हो? मैं उसकी हरकतें काफ़ी दिनों तो तकनी पी। अला वो उसकी हरकतें ना देखो माड़ा बचपन ना यार ने मैं तो वो कट्ठे पढ़ने रहे हैं बल्कि मंडी नाड़ा चाहिए कट्ठे नाने ही रहे हैं। वो बहुत चंगा ने वो बड़ा शर्मीला टाइप बड़ा शरार कुड़ियों को बहुत शर्मा हर वे शर्मा रहना इसे मारे देखो ना मैं इतना इच्छना पे मीर सुखी गल आखनी पी कि वो जाना अपना इजहार भी नहीं करी सकें तो ये तुसा उसके ना मिलो ताकि जड़ी भी दिल्ली गल करना चाहना करी दें अगर रोली हिल्स चाहिए तो उसकी मिलसो तो वो दिले ना खुली का इजहार करी सकती तुसा। रोली किया इतने किया नहीं असली च वो लोगों ने सामने गल नहीं करी सकना जे वो उस गल करनी होनी तो मैं इतने किया छाइया तुसा की गल आखने वास्ते चंगा लगना है मैं तुसा की गल आखना मिली तो किनसा पर नेड़े तेड़े रहे फिकर ना करो मैं सुने नाल ही हो साथ ते तुसा उसकी 4 बजे मिली किने ठीक है ना? चलो ठीक है मैं फिर कल 4 बजे मिली किनसा। छोड़ ਖਿਆਮ ਜੀ ਜੇ ਅਗਰ ਤੁਸੀਂ ਆਖੋ ਤਾਂ ਮੈਂ ਤੁਹਾਨੂੰ ਨਸੀਹਤ ਚੀਕੀ ਛੋੜਾਂ। ਪਲੀਜ਼ ਡੋਂਟ ਡਿਸਟਰਬ ਮੀ ਮੈਂ ਪਹਿਲੀ ਪ੍ਰੋਫੈਸਰ ਸਾਹਿਬ ਨੇ ਅਜੀਬ ਅਜੀਬ ਤਜਰਬਿਆਂ ਕੋਲੋਂ ਤੰਗ ਪਲੀਜ਼ ਤੁਸੀਂ ਮੇਰੀ ਤੰਗ ਨਾ ਕਰੋ। ਖਿਆਮ ਜੀ ਜੀ ਸਰ ਇੱਧਰ ਦੇਖੋ ਯਸਮੀਨ ਜੀ ਮੇਰੀ ਲੱਗਣਾ ਤੁਹਾਡੀ ਤਬੀਅਤ ਸਹੀ ਨਹੀਂ ਤੇ ਜੇ ਆ ਸਕੇ ਮੇਰਾ ਇਸ ਹਾਲਤ ਇੱਥੇ ਬੈਠੇ ਹਾਂ ਤੱਕੀ ਛੋੜਿਆ ਤਾਂ ਮਾੜੀ ਦੁਨੀਆ ਬਰਬਾਦ ਹੋ ਜਾਸੀ। ਖਿਆਮ ਸਾਹਿਬ ਨਜ਼ਰ ਚਾਹੀ ਕੇ ਦੇਖੋ ਤਾਂ ਮੇਰਾ ਸੋ ਅੱਗੇ ਵੀ ਦੁਨੀਆ ਥਈ ਮਾੜੀ ਦੁਨੀਆ ਮੇਰਾ ਤੋਂ ਸ਼ੁਰੂ ਹੋਣੀ ਤਾਂ ਉਹ ਮੇਰਾ ਪਰ ਹੀ ਖਤਮ ਹੋਣੀ ਤਾਂ ਤੁਸੀਂ ਆਪਣੇ ਘਰ ਜਾਓ ਠੀ ਤਾਂ ਮਾੜਾ ਪਿੱਛਾ ਪਲੀਜ਼ ਛੋੜੀ ਦੇ ਜੇ ਮੈਂ ਨਾ ਜਾਂ ਤਾਂ ਫਿਰ ਤਾਂ ਫਿਰ ਮੈਂ ਜਾ ਸਕਦੀ। ਖਿਆਮ ਤੂੰ ਮੈਂ ਕਿੰਨੇ ਜਾਣ ਵਾਲੇ ਮੈਂ ਇਹ ਅਜੇ ਭਾਂਬੜ ਬਲਸਾਂ ਨਾ ਮੇਰਾ ਤੁਗੀ ਨਜ਼ਰ ਹੀ ਨਹੀਂ ਅੱਛੜ ਲੱਗੀ। ਯਸਮੀਨ ਕਿਸ ਲੈ ਆਈ ਹੈ ਤੂੰ? ਮੈਂ 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 ਹੁਣੇ ਆਈ ਹਾਂ। ਲੇਕਿਨ ਨੌਕਰ ਤਾਂ ਆਖਣਾ ਪਿਆ ਤੂੰ ਕਾਫੀ ਦੇਰ ਨਹੀਂ ਆਈ ਹੈ। ਨਾ ਮੈਂ ਹੁਣੇ ਆਈ ਹਾਂ ਝੂਠ ਬੋਲਣਾ ਸੀ ਪਿਆ। ਅਲਾ ਕਿਸ ਤਰ੍ਹਾਂ ਆਈ ਹੈ? ਮੈਂ ਘਰ ਬੋਰ ਹੋਣੀ ਸਾਂ ਬਈ ਤੇ ਮੈਂ ਮੇਰਾ ਵੀ ਬੋਰ ਹੋਣੀ ਵੀ ਸੀ ਤੇ ਜੁਲੀ ਕਾ ਗਪਸ਼ਪ ਲਾਈ ਕਿੰਨੀ। ਗਪਸ਼ਪ ਤੂੰ ਵੀ ਗਪਸ਼ਪ? ਅਲਾ ਤੂੰ ਬੋ ਮੈਂ ਚਾਹ ਤੇ ਸੈਂਡਵਿਚ ਬਣਾਈ ਕਰਨੀ ਆ ਤੇ ਫਿਰ ਬਈ ਕੇ ਨਾ ਗਪਸ਼ਪ ਕਰ ਸਾਂ। ਕੋਈ ਨੀ ਹੋਇਆ ਉਹ ਨਹੀਂ ਮੰਨੀ।
बचपन ने जिगरी याद की कम आखे तेरा कम ना आया किस तरह हो सकता तड़ा कम फर फर मिनट सकीना लेकिन एक गल माड़ी कान खोली सुनी थी वो माड़ी मुंह बोली भैन ही है भैन जे कोई गड़बड़ की ना तो लत्त पानी इतना देख सी मैं नहीं यार मैं कर सच्चे दिल प्यार करने उसने सही गल इश्क करना है तू नहीं पता अगर ये गल ये तो फिर मैं उसकी तड़ी गल बही छोड़ी तड़ा पैगाम में उसकी पहुंचाई छोड़ा कि तड़ना तो सच्चे दिल प्यार करना तो रोली इस तू जो है ना उसकी ठीक कल चार बजे तुझे मिल सी उधर अच्छा तो जाए उतने बंदे ने पुत्रा दी गल कर मतलब कि अभी गल करें मैं उसकी अपनी भैन बनाया कल कन्न च पाई एग्री हुई अगर तड़ा भाई मैं मैसेज पहुंचा था पहुंचाई छोड़ा एज ए दोस्त दोस्तों बिजू वो भी थोड़ा मान कर रही थी वरना कुछ एग्री वे अगर तू जान पाई तो चल ठीक है कल चार बजे जा सन छोड़ है माड़ा मतलब चल जुड़े हम थोड़ा सही करके जवाब दें पर तुसा माड़ी सहेली ने अब्बा तुसा चाह पीती जी नहीं मेरा चाह नहीं पी तुसा बे चाह पियो तो तक तमाशा में जरा तजर्बा करिए छना मैं हयाम पीछे पई हां ए बाबा माड़े पीछे पिया पागल हो गया ए कपड़े कुछ भी देनी कोटली शहर चुकी दे तू भी तबो सड़े कपड़े पाए ज्वेलरी की नहीं लाई कार रही ते बंदा कैसे ज्वेलरी लाए क्या गाली खयाम पाई नौकरी छोड़ी ते नहीं गे बड़े आसी लै विच तजर्बे करना आसी मैं ते इत्थे बोर रही हां बेई बेई के पागल है तू ताड़े बेरा जितनी सोहनी जगह ते कार बनाया ना ते माड़ा इत्थे होया ना ते मैं दिहाड़ी राती इत्थे बेई के ना नजारा करनी रवां तू कदे कदे सने कारिश नहीं है जे रोज असने ते पता लगे माड़ी दुआ ताड़ा ते खयाम पाई ना ब्याह जल्दी हो जाए अल्लाह तारी जबान मुबारक करे चलिए मुंडा गह रहा उस नाल असी सी गल्ला ना करया कर लोग गल्ला करनी छोड़ और माड़ा मतलब है क्या हाल है तुसा ना ठीक हो ना ए थोड़ा जा तुसने बाहर मसरूफ होए ते तुसने झिक पई ते सीधा बाहर निकली आज असो और असो कोई यार कोई ख्याल होना जिन्हें सके माड़े दिल रखा हुआ मैं कोई बिल तो नहीं रखा दिल आ इसकी छिक पई सी पई गई छिक बाहर रहे ठीक तू खचकार मचाया वास नहीं पई जी यासमीन जी सुना क्या हाल है ठीक हो ना जी मैं ठीक ठाक हूं तो बेजी ना क्या हाल है सुना ठीक ठाक ओट्स माड़ा मतलब अल्लाह उन्हें की जिंदगी दे खुश रहन बेजी ठीक है मैं खुशी हुई बहुत खुशी हुई तो तू सुना क्या हाल है बाजी जी ठीक हो ना मैं तो की बाजी दिस रही हूं बाजी दिसने ता ना लेकिन सो माड़े पहन हो पहनना बड़ा दर्जा होना मैं भी सा की भाई समझनी है नाले एक बड़ा जरूरी मिगी तुसा थोड़ी कम आ बाओ छोड़स जी ओ माड़ा मतलब कल्ले लफ्सो कुदे फिर सा की दसा सलाम करना
मैं क्या जी सलाम अलैकुम। वालेकुम सलाम चाचा जी। डैड ओ माड़ा मतलब आ, अंदर गर्मी सी बहुत सारी, मैं क्या थोड़ी वाई खाई नहीं अच्छा बारू। और निक्की हो तुसा ने क्या हाल आ? माड़ा ख्याल है तुसा बेई गल्ला करो, बल्कि खामोश ही बो तो मैं जुलिया जरा लबार्टरी जुला। ठीक है प्रोफेसर साहब, माड़ा जी ना नाम करी ठीक है, मिगी नाम नहीं देने दुआ अपनी सारी दिहाड़ी कम करवाई करे मारी तुम्हें तो हूँ पता नहीं मिगी लोड़ने से भुल गए बुढ़े की जवान कर रहा था फार्मूला और बुढ़े की जवान कर रहा फार्मूला बुढ़े की जवान कर रहा था केमिकल है ही कौन बुढ़े की जवान किस तरह से हूँ पता नहीं उसने लोड़ने के लिए बुढ़े की जवान कर रहा था केमिकल से सारे बोले है ही रोज ने पांच सात लारे कद लम्मा हो सी ना। बाकी यार मशवरा तो तू चंगा दिता पर उस बाद मिकी तो फलाई छोड़िया यार आपे नी होना मैं इत क्या करा उछल 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 ओ हाथ भी अपर करो ना जी माला जी थकी गया कसम है तो क्या करने हो फिर हाथ जितने थे उतने अपर कर साला भाई क्या करना है अन्ना अन्ना ये क्या पे होना ये क्या पे होना बेजी सलाम अलैकुम वालेकुम सलाम ये क्या पे करने बुल्ला इसकी हेलो ला बेजी तक आराम से रट आई ये क्या करना है जी चेता चेता आए मड़े कांटे बाजी सलाम अलैकुम क्या करने पे हो अब्बा जी हमें कद बड़ा करने की प्रैक्टिस करना पे सो उधर ना पुत्र पूरा पूरी नहीं होना कराना पड़े अगर चार बजे तो क्या क्या मलकानी जी तक होना ना पै पै गुलाब पे नहीं ना पहुंचना होना ते मी सिराई मारी मारी सारियां मारियां जुआ मारी गए तके किस तरह बिटर बिटर बोलना तके आला तू और तू दबे हो गोसियां ग्लास दूधन की नीता गो चल सारी मलाई ना खाई ना ते फिर हा 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 ला लगाई मरे पुत्रे के कुत्ता प्रसंग पर चढ़ आया यस हाय मेरा बच्चा बच गया है ना बच गया वे जी वैसे में की इतने देर बाद ठीक नहीं वैसे लमकी के बंदा बड़ा नहीं हुई कसम हाय पुत्रा जे इस तरह लमकी लमकी बड़ा है चार वेला लमकिया कर इस रे मामा जी किस है बड़े हो सन किस है लमकी और किस है मला ब्याह रुकिया आला तोड़ा ब्याह हो ही गया सी पर इसकी नोखियो कर इसकी ना आख्या करो बोला लगेस ना बेड़ा तरेस ना इसकी ना आख्या करो और उसकी चूहे की आख्या करो ये नहीं क्या बे की हाय खबरदार बकवास करें अब मेरा नाना के नेगर इस पर जानी में ब्याह करो तो मारा ही ब्याह करा मैं ना मामा जी तो कौन ना अच्छा अलंसी बाली हुए हाँ।
यास्मीन तू शामी क्या करनी पी? कुछ भी नहीं, मैं तो खा रहा हूँ। अल्लाह इस तरह कर सा ना, शामी जुलसा सा कोटी बाजार है सोनी सर जी का किन किया था। ठीक है ठीक है। और सुना तू? बेटा जी क्या करना पियो? अब्बा जी कुछ नहीं। तुसा जुलो ख्याम तुसा की लोड़ ना पिया। ख्याम मिकी लोड़ ना पिया? हां हां बेटा जी। क्यों? मिकी पता है सारा कुछ। मैं सिर तू पैनी चिट्टा कीता, तुसा ने सारे अरगदां पर माड़ी नजर ही। तो तू चा वैसे चंगा मुंडा है, उसकी आहो अपने माऊ प्यो की भेजा माड़े को। तो जुलो आखिया सलाम अलैकुम। वालेकुम सलाम। मैं क्या जी सलाम अलैकुम। वालेकुम सलाम। इतसा बार बार सलाम देने हो के नवे नवे मुसलमान होए हो, जे कोई गल है ते सीधी सीधी बहो ना। सीधी गल इस मारे ना बाना, किधर तुसा रुसी ना जाओ। ना ना मैं ना रुसनी, सब खुली ता गल बहो ना। गल इस तरह ही है ना जी के हुन मेरा भी उसना भी ब्याह हो जासी, तो मैं पिछे कला रह जासा। तो किया ना तुसा, तो मैं तो तुसा माड़ा मतलब तुसा माड़ी रसोई संभाली किन्ने। तुसा के गल बने, शर्म नहीं आई? अपनी उम्र तखो तो माड़ी उम्र तखो। क्या वो इतना ज्यादा फर्क तो नहीं? उन्नी भी नहीं फर्क उसी। जे तुसा माड़ी उम्र नहीं होने ना, तो फिर मैं सोचा है। मैं जे तुसा आखो तो मैं सब कुछ करी के इंसान बाल शाल कटाई, मुछा छुछा मनाई, तो सही जवान बनी जासा। बस प्लीज तुसा माड़े नाल ब्याह नहीं आमी भरो। बड़े आए ब्याह करने वाले। लगना इसने पर भी कोई तजर्बा करना ही पैसी। प्रोफेसर साहब, जनाब प्रोफेसर साहब, प्रोफेसर दीता साहब जी, ए सर जी लगन पिया प्रोफेसर साहब बुरी खबर खुटी गई। इस मौके को फायदा चुका जी। तजर्बा कामयाब हो जाए, अस दोनों ब्याह हो जाए। पता नहीं तारे अबे ना तजर्बा कदू कामयाब होसी, तारा माड़ा ब्याह होसी। तू हर वेला माड़े पिछे टुरना रहना है, ਕਿੱਥੇ ਬੇਰਾ ਕਿ ਟਾਈਮ ਦੇਣਾ? ਮੈਂ ਤੁਹਾਡੇ ਅੱਬੇ ਕੀ ਲੈਬੋਰਟਰੀ 'ਚ ਤੱਕੀ ਦਾ ਹਾਂ। ਉਹ ਕਿਤਾਬਾਂ ਵਿੱਚ ਇਸਲੇ ਡੁੱਬੇ ਵੇ ਜਿਸ ਤਰ੍ਹਾਂ ਦਰਿਆ ਨੇ ਵਿੱਚ ਬੰਦਾ ਨਹੀਂ ਡੁੱਬੀ ਜਾਣਾ ਤਾਂ ਮੁੜੀ ਲੱਭਣਾ ਨਹੀਂ, ਇਸ ਤਰੀਕੇ ਨਾਲ ਲੈਬੋਰਟਰੀ 'ਚ ਕਿਤਾਬਾਂ ਹੀ ਡੁੱਬੇ। ਮੈਂ ਸੋਚਿਆ ਮੌਕਾ ਚੰਗਾ ਆ ਤਾਂ ਫਾਇਦਾ ਚੁੱਕੀ ਕਿਨ ਮੁੰਡਿਆ। ਜੁਲੇ ਨੇ ਤੱਕੇ ਨਾ ਬਾਹਰ ਸਹੀ ਤਾਂ ਨਹੀਂ ਗਏ, ਉਹਨੇ ਕੀ ਜਲਦੀ ਜਲਦੀ ਜਗਾ ਉਹਨਾਂ ਕੀ ਆਪਣੇ ਕੰਮਾਂ ਪਰ ਲਾ, ਤਾਂ ਕਿ ਉਹਨਾਂ ਨੇ ਤਜਰਬਾ ਜਲਦੀ ਜਲਦੀ ਕਾਮਯਾਬ ਹੋਵੇ ਤਾਂ ਤਾੜਾ ਮਾੜਾ ਵਿਆਹ ਹੋਵੇ। ਫਿਰ ਤੂੰ ਸੇ ਤੇ ਮੈਂ ਆਸਾਂ ਤੇ ਫਿਰ ਗੱਪਸ਼ਪ। ਤੂੰ ਸਾਡੇ ਪਿਆਰ ਦੀ ਗੱਪਸ਼ਪ ਸਮਝਨੀ? ਛੋੜਸ ਛੋੜਸ ਛੋੜਨੀ ਨਹੀਂ, ਵਿਚੂ ਰਾਜ਼ੀ ਹੈ। ਪੀਸਾਂ ਦੁੱਧ ਨਹੀਂ ਪੀਤਾ ਸਵੇਲੇ ਨਾ, ਕੁਛ ਦਿੱਤਾ ਹੀ ਨਹੀਂ ਮੈਂ ਕੀਤਾ।
ਕੀ ਨਾਂ ਉਸ ਨਾ ਅਸੇ ਜੀ ਓਏ ਜੀ ਮਲਕ ਜੀ ਉਹ ਮਾੜੇ ਪੁੱਤਰੇ ਕੀ ਦੁੱਧ ਕਿਉਂ ਨਾ ਪਾਣਾ ਹੋਏ ਪਾਣਾ ਕਿਆ ਮਤਲਬ ਬਾਬਾ ਮੈਂ ਬਿੱਲੀ ਹਾਂ ਨਹੀਂ ਨਹੀਂ ਪੁੱਤਰ ਤੂੰ ਤੇ ਬਿੱਲਾ ਮੈਂ ਅੱਲਾ ਮੈਂ ਬਿੱਲੀ ਨਾ ਘਰੇ ਲਾਵਾਂ ਹਾਂ ਇਸਕੀ ਦੁੱਧ ਦਿਆ ਕਰ ਵੇ ਉਹ ਮਲਕ ਜੀ ਸੁਬਾ ਨਾ ਤਰੇ ਵਾਰੀ ਮੈਂ ਆਪੇ ਕਾੜੀ ਤੇ ਦਿੱਤਾ ਇਹ 300 ਵਾਰੀ ਵੀ ਮੰਗੇ ਤੇ ਇਸਕੀ ਦੁੱਧ ਪਿਲਾਣਾ ਅੱਬਾ ਠੁੱਕਾਂ ਪਰੇ ਸੱਜਿਆ ਕਰੀ ਪਿਛੋ ਲਗੇ ਆਵਣੇ ਤੂੰ ਤੂੰ ਬੜੀ ਗੱਲ ਹੀ ਕੀਤੀ ਸੀ ਜੀ ਬਜੁਲ ਜਾ ਕੇ ਦੁੱਧ ਆਣ ਜਿਸ ਤਰ੍ਹਾਂ ਤੁਸਾਂ ਨਾ ਹੁਕਮ ਜੀ ਮਲਕ ਜੀ ਮੈਂ ਹੁਣੇ ਕਾੜਨਾ ਅੱਛੋ ਜੀ ਤੁਸ ਇੱਕ ਚੁੰਮਾ ਦੇ ਮੇਰਾ ਆਪਣਾ ਰਿਸ਼ਤਾ ਤੱਕਣ ਵਾਸਤੇ ਗਈ ਸੀ ਮੇਰਾ ਖਿਆਲ ਹੈ ਤੁਸੀਂ ਦਿਲ ਵਿੱਚ ਹੈ ਵੀ ਮੈਂ ਪਿਸਤੌਲ ਕੋਈ ਨਾ ਚੁੱਕ ਸਕਦਾ ਤੇ ਮੈਂ ਚਾਹ ਕੇ ਤੇ ਚਲਾ ਵੀ ਸਕਦਾ ਮਾੜੇ ਕੋਲ ਇਹ ਤੇ ਪੁੱਛੋ ਜਿੱਧਰ ਗਈ ਸੀ ਇਹ ਉਥਾ ਕੁੜੀ ਤਖੀਆ ਕੀ ਹੈ ਜੀ ਤਖੀਆ ਮਾੜੇ ਦਿਲ 'ਚ ਤੇ ਇਹ ਪਿਆ ਖਿਆਲ ਆਣਾ ਵੀ ਜ਼ਿੰਦਗੀ ਵੀ ਸਾਰੀ ਤੁਸਾਂ ਨਾਲ ਜੇਲ ਹੀ ਕੱਟੀ ਹੈ ਤੇ ਉਹ ਨਾ ਵੀ ਤੁਸਾਂ ਕੀ ਮਾਰੀ ਤੇ ਫਿਰ ਵੀ ਜੇਲ ਹੀ ਕੱਟਾਂ ਕੁਦਰ ਗਏ ਸੀ ਰਿਸ਼ਤਾ ਤੱਕ ਨਹੀਂ ਦਿਆ ਕੁਤਾ ਹੈ ਇੱਥੇ ਕੋਟਲੀ ਵਿੱਚ ਜੀ ਕਿਉਂਕਿ 36,000 ਵਾਰੀ ਸਮਝਾਇਆ ਕਿ ਇੱਥੇ ਅਸੀਂ ਰਿਸ਼ਤਾ ਕੋਈ ਨਾ ਕਰਨ ਲੱਗੇ ਇੱਥੇ ਕੋਈ ਸਾਡੇ 4 ਬੰਦੇ ਇੱਜ਼ਤ ਕਰਨੇ ਉਸਨੇ ਵੀ ਬਰਬਾਦੀ ਹੋਈ ਗਿਆ ਸੀ ਕੀ ਹੈ ਬਰਬਾਦੀ ਹੋ ਸੀ ਜਿਸ ਘਰ ਚ ਮੈਂ ਗਈ ਸੀ ਨਾ ਇਤਨੀ ਟਹਿਲ ਸੇਵਾ ਮਾੜੀ ਕੀਤੀ ਹੈ ਉਹਨਾਂ ਤੇ ਇਸ ਵਾਸਤੇ ਟਹਿਲ ਸੇਵਾ ਕੀਤੀ ਸੀ ਕਿ ਤੁਹਾਡਾ ਹੁਸਨ ਤੱਕੀ ਤੁਹਾਡਾ ਕਦ ਬੁੱਧ ਤੱਕੀ ਕਹਿ ਤੇ ਨਾਲ ਇਹ ਜ਼ੇਵਰ ਸ਼ੇਵਰ ਤੱਕੀ ਤੱਕ ਨਾ ਕਰਿਆ ਕਰੋ ਜ਼ੇਵਰ ਤੇ ਨਹੀਂ ਹਾਂ ਮਾੜਾ ਕਦ ਬੁੱਧ ਤੱਕੀ ਤਾਂ ਨਾ ਮੁਖਾ ਤਾਂ ਕੀ ਮੈਂ ਵੀ ਪਹਿਲੀ ਰਾਤ ਤੁਸੀਂ ਤੱਕਿਆ ਤੇ ਮੈਂ ਸਮਝਿਆ ਕੁਰੇ ਮੁੱਖੋ ਜੱਟੀ ਹੈ ਅਸਲਾਮ ਅਲੈਕਮ ਪਾਪਾ ਮਮਾ ਵਾਲੇਕਮ ਅਸਲਾਮ ਕੀ ਹਾਲ ਹੈ ਇਹ ਦੋਵਾਂ ਭੈਣਾਂ ਕੁਰੇ ਇਕੱਠੀਆਂ ਗਈਆਂ ਸੀ ਉਹ ਆ ਹਾਂ ਨਾ ਉਹ ਆਣੇ ਸੇ ਤੁਸਾਂ ਨਿੱਕੀ ਹੋ ਤੇ ਬੜੀ ਹੈ ਜੀ ਇਹ ਕਿੱਥੋਂ ਆਈਆਂ ਸਰਕਾਰਾਂ ਮਾੜੇ ਨਾ ਗਈ ਸੀ ਨਾ ਅਰੇ ਇਸ ਨਾਲ ਰਿਸ਼ਤਾ ਕਿੱਥੇ ਆ ਸੀ ਉੱਲੀ ਗੱਛੋ ਬਸ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਰ ਜਾਸੀ ਹੈ ਕਿਆ ਹੋ ਸਕਣਾ ਕਦ ਕੁਰੇ ਬੜਾ ਹੋਣਾ ਤੇ ਫਿਰ ਕੁਰੇ ਰਿਸ਼ਤਾ ਹੋ ਹੀ ਸਕਣਾ ਲੇਕਿਨ ਹੁਣ ਬਸ ਅੱਲਾ ਨਾਲ ਨਿਜ਼ਾਮ ਹੈ ਹੁਣ ਇਸ ਉੱਪਰ ਕਿੱਥੇ ਬਹਿਸ ਹੋ ਸਕਣੀ ਪਾਪਾ ਜੀ ਮਾੜੀ ਸਾਲੀ ਨਹੀਂ ਮੇਰਾ ਹਾਂ ਮਰੀ ਗਈ ਨਾ ਮਰੀ ਨਹੀਂ ਗਈ ਉਸਨੇ ਇੱਕ ਵਾਰ ਨਾ ਪ੍ਰੋਫੈਸਰ ਦਿੱਤਾ ਰ ਇਨਾ ਲਿਲਾਹ ਵਨਾ ਇਲਾਹ ਰਾਜੂ ਕਦੋਂ ਮਰੇ ਉਹ ਮਰੇ ਨਹੀਂ ਉਹ ਬਹੁਤ ਬੜੇ ਸਾਇੰਸਦਾਨ ਹਨ ਅੱਛਾ ਉਹਨਾਂ ਇੱਕ ਤਜਰਬਾ ਕੀਤਾ ਹੈ ਤੇ ਇੱਕ ਫਾਰਮੂਲਾ ਇਜਾਦ ਕੀਤਾ ਨੇ ਅੱਲਾ ਉਹ ਟੀਕਾ ਲਾਣੇ ਨੇ ਤਾਂ ਬੜੇ ਕੀ ਛੋਟਾ ਔਰ ਛੋਟੇ ਕੀ ਬੜਾ ਕਰੀ ਛੋੜਨੇ ਅੱਲਾ ਉਹ ਕਿਆ ਆਣੀ ਪਈ ਉਹ ਨਿੱਕਿਆਂ ਬੜਾ ਤੇ ਬੜਿਆਂ ਨਿੱਕਾ ਕਰੀ ਛੋੜਨਾ ਚੋਲਾ ਜਾ ਕੇ ਤੇ ਉਸ ਦਿੱਤੇ ਕੀ ਆਣ ਤਾਂ ਜੋ ਨਿੱਕਿਆਂ ਟੀਕਾ ਲਾਵੇ ਇਸ ਨਾਲ ਕੱਦ ਬੜਾ ਹੋਵੇ ਤੇ ਫਿਰ ਮੈਂ ਇਸ ਨਾਲ ਵਿਆਹ ਕਰਾਂ ਜਾ ਬੜਾ ਪੁੱਤਰ ਜਾ ਬੈਠ ਠੀਕ ਹੈ ਮਾਮਾ ਜੀ ਮੈਂ ਉਹਨਾਂ ਜੀ ਇੱਥੇ ਕਿਹੜਾ ਮਾਵਾ ਤੇਰਾ ਬੈਠਾ ਮਾਵਾ ਮਾਵਾ ਕਰਨੀ ਮਾਵਾ ਕਿਸ ਕੀ ਆਣੀ ਓ ਮਿਕੀ ਤੁਹਾਂ ਕੀ ਨਹੀਂ ਪਤਾ ਮਾਸ਼ਾ ਇਤਨੀ ਬੜੀ ਹੋਏਗੀ ਮਿਕੀ ਮਾਮਾ ਆਖਣੀ ਤੇ ਤੁਸਾਂ ਕੀ ਪਾਪਾ ਬਸ ਬਸ ਮਿਕੀ ਪਾਪਾ ਆਖੇ ਤੁਸਾਂ ਹੀ ਮਾਵਾ ਨਾ ਆਖੇ ਲੋਕੀ ਕੀ ਆਖਸਨ ਇਸ ਨੀ ਮਾਂ ਹੀ ਇਸ ਨਾ ਮਾਵਾ ਵੇ ਤਾਂ ਕੋਨਾ ਜੀ ਸਾਡੇ ਸਾਰੇ ਰਿਸ਼ਤੇਦਾਰ ਕਿਸ ਨੀਆਂ 5 ਧੀਆਂ ਤੇ 2 ਪੁੱਤਰ ਕਿਸੇ ਦੇ 7 ਪੁੱਤਰ ਤੇ 2 ਧੀਆਂ ਇਹ ਕਸੀਆਂ 2 ਬੱਚੇ 2 ਵੀ ਕਿਹੜੇ ਡੇਢ ਹੀ ਹੋਏ ਨਾ ਨਾ ਇਹ ਇਤਨੀਆਂ ਗੱਲਾਂ ਕਰਨੇ ਨਾ ਤੁਹਾਨੂੰ ਕੀ ਮਤਲਬ ਹੈ ਅੱਛਾ ਜੀ
ਜਿਸ ਤਰ੍ਹਾਂ ਬਿਲਕੁਲ ਹੀ ਨਾ ਸਮਝਣੇ। ਤੁਹਾਡੇ ਵਾਸਤੇ ਹੁਣ ਬਦਾਮਾਂ ਦੀ ਬੋਰੀ ਆਉਣਾ, ਤੁਹਾਡੇ ਸਿਰਾਂ ਵਿੱਚ ਬਦਾਮ ਰੋਗਨ ਝੱਸਾਂ, ਫਿਰ ਤੁਸੀਂ ਸਮਝ ਆਵੇ। ਦੋ ਨਿੱਕੇ ਨਿੱਕੇ ਬੱਚੇ ਕੀ ਬਣਨਾ, ਘਰ 'ਚ ਰੌਣਕ ਹੋਣੀ ਚਾਹੀਦੀ ਹੈ। ਅੱਜ ਵੈਸੇ ਬੰਦਾ ਵੀ ਘਰ ਕੋਈ ਨਹੀਂ ਤੇ ਗੱਲ ਵੀ ਬਹੁ ਡੂੰਗੀ ਹੈ। ਕੀ ਮਤਲਬ ਹੈ? ਉਹ ਮਾੜਾ ਮਤਲਬ ਹੈ ਕਿ ਕੁਰੇ ਪਾਸਪੋਰਟ ਬਣਾ, ਵੀਜ਼ਾ ਲਵਾ, ਕਰੇ ਅੱਜ ਉਮਰੇ ਨਹੀਂ ਤਿਆਰੀ ਕਰਾਂ। ਹਾਏ ਬਿਸਮਿਲ੍ਲਾ, ਅੱਲਾ ਸਾਨੂੰ ਜ਼ੁਬਾਨ ਮੁਬਾਰਕ ਕਰੇ। ਮੈਂ ਆਪਣੇ ਵਾਸਤੇ ਪਿਆ ਆਣਾ। ਅਸਲਾਮ ਅਲੈਕੁਮ ਪ੍ਰੋਫੈਸਰ ਸਾਹਿਬ। ਵਾਲੇਕੁਮ ਸਲਾਮ। ਨਹੀਂ ਚਾਹੀਦਾ ਕੈਮੀਕਲ, ਨਹੀਂ ਚਾਹੀਦਾ। ਓਹ ਪ੍ਰੋਫੈਸਰ ਸਾਹਿਬ, ਤੁਸੀਂ ਸਮਝਣੇ ਹੋ, ਅੱਜ ਮੈਂ ਕੈਮੀਕਲ ਦੇਣ ਵਾਸਤੇ ਨਾ ਆਇਆ, ਅੱਜ ਮੈਂ ਆਪਣੇ ਪੈਸੇ ਕਿੰਨੇ ਵਾਸਤੇ ਆਇਆ। ਉਹ ਪੈਸੇ ਮਾੜਾ ਤਜਰਬਾ ਕਾਮਯਾਬ ਹੁੰਦੇ ਨਾ, ਪੈਸੇ ਵੀ ਲੱਭੀ ਜਾ। ਓਹੋ ਪ੍ਰੋਫੈਸਰ ਸਾਹਿਬ, ਤੁਸੀਂ ਤਜਰਬਾ ਪਤਾ ਨਹੀਂ ਕਿਦੋਂ ਕਾਮਯਾਬ ਹੋ ਸੀ, ਕੁਛ ਪੈਸੇ ਤਾਂ ਦਿਓ ਹੁਣ। ਬਸ ਤਜਰਬਾ ਕਾਮਯਾਬ ਹੁੰਦੇ ਦੋਵੇਂ ਮਾਲਾ ਮਾਲ ਹੋ ਜਾ ਸਾਂ, ਕਰੋੜਪਤੀ ਬਣੀ ਜਾ ਸਾਂ। ਇਹ ਫਿਰ ਪੱਕਾ ਵਾਅਦਾ ਨੇ? ਹਾਂ ਪੱਕਾ ਵਾਅਦਾ, ਬਰਾਬਰੀ ਨਾਲ ਹਿੱਸਾ ਹੋਸੀ ਨੇ। ਬੜੀ ਦੇਰ ਹੋਈ, ਚੱਲ ਜੁਲੀਆ ਕਾਰ। ਉਫ ਤੂੰ ਕੀ ਹਰ ਵੇਲੇ ਜਲਦੀ 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 ਪਈ ਰਹਿਣੀ, ਸ਼ਾਦੀ ਵਾਲੀ ਜਲਦੀ ਕੋਈ ਨਹੀਂ। ਯਾਰ ਵਿਆਹ ਵੀ ਹੋ ਜਾ ਸੀ, ਵਿਆਹ ਮਰੀ ਤਾਂ ਦਿਹਾੜੀ ਰਾਤੀ ਤੁਹਾਡੇ ਅੱਬੇ ਕੋਲ ਕੰਮ ਕਰਨਾ ਹੈ, ਮਿਹਨਤ ਮਜ਼ਦੂਰੀ ਕਰਨਾ ਹੈ ਨਾ, ਉਸ ਦੇ ਵੇਲੇ ਉਹਨਾਂ ਦਾ ਤਜਰਬਾ ਕਾਮਯਾਬ ਹੈ ਅਤੇ ਤੁਹਾਡਾ ਮਾੜਾ ਵਿਆਹ ਹੈ। ਮੇਰਾ ਤੁਸੀਂ ਪਤਾ ਹੈ ਮੈਂ ਗਰੀਬ ਫੈਮਿਲੀ ਨਾਲ ਤਾਲੁਕ ਰੱਖਣਾ ਹੈ, ਅਤੇ ਜਿਸ ਵੇਲੇ ਮੈਂ ਤੁਹਾਡੇ ਅੱਬੇ ਕੋਲ ਤਨਖਾਹ ਲੱਭ ਸੀ ਨਾ, ਉਸ ਦਾ ਤੁਹਾਡਾ ਮਾੜਾ ਵਿਆਹ ਹੋ ਜਾ ਸੀ। 15 ਮਹੀਨੇ ਤਾਂ ਹੋ ਹੀ ਗਏ, ਵੈਸੇ ਤੂੰ ਕਿੰਨੇ ਮਹੀਨੇ ਤਨਖਾਹ ਲੱਭੀ? ਮਾੜੀ ਤਨਖਾਹ ਜਾਣੀ ਕੁਦਰੇ ਵੀ ਨਹੀਂ, ਤੁਹਾਡੇ ਅੱਬਾ ਮਾੜੇ ਨਾਲ ਬੜਾ ਪਿਆਰ ਕਰਨਾ। ਨਾਲੇ ਤਨਖਾਹ ਤਾਂ ਇੱਕ ਬਹਾਨਾ ਆ, ਮੈਂ ਤਾਂ ਤੁਹਾਡੀ ਗੁਰਬਤ ਵਾਸਤੇ ਉੱਥੇ ਰੁਕਿਆ, ਤੁਸੀਂ ਤਾਂ ਪਤਾ ਤੂੰ ਮਾੜੀ ਚਾਹ ਨਹੀਂ। ਖਿਆਮ, ਤੇਰੀਆਂ ਇਹ ਤਾਂ ਗੱਲਾਂ ਜਿਨ੍ਹਾਂ ਮੈਂ ਪਾਗਲ ਕੀਤਾ। ਛੋੜਸ, ਕੀ ਮਤਲਬ ਆ? ਮਾੜਾ ਮਤਲਬ ਆ ਜਲਦੀ ਜਲਦੀ ਕਾਰ ਜੁਲ, ਕੁਦਰੇ ਤੁਹਾਡੇ ਅੱਬੇ ਕੀ ਪਾਗਲ ਹੋਣੇ ਨਾਲ ਦੁਰਾ ਨਾ ਪਈ ਜਾਏ। ਉਹ ਮਾੜਾ ਇੰਤਜ਼ਾਰ ਕਰਨਾ, ਉਸਨੂੰ ਪਤਾ ਨਹੀਂ ਖਿਆਮ ਕੁਦਰ ਗਿਆ ਠੀਕ, ਚੱਲ ਉੱਠ ਜੁਲਾਂ। ਥੋੜ੍ਹੀ ਦੇਰ ਤਾਂ ਬੇਗੋ। ਹੋਰ ਕਿੰਨੀ ਦੇਰ ਬਹੁ, ਸਵੇਰੇ 10 ਵਜੇ ਆਇਆ ਸੀ ਤਾਂ 4 ਹੋਈ ਹੈ ਹੁਣ, ਹੁਣ ਕਿੰਨੀ ਦੇਰ ਥਾ ਪੈਸੇ? ਹੋਰ ਥੋੜ੍ਹੀ ਸੈਰ ਸਪਾਟੀ ਕੀਤੇ ਨਹੀਂ? ਇਹ ਅੱਗੇ ਪਿਛਾ ਬੂਟੇ ਤੱਕ ਨਹੀਂ, ਇਹ ਚੜ੍ਹ ਪਿਆ ਉੱਪਰ ਤੱਕ, ਉਹ ਮਕਾਨ ਤੱਕ ਨਹੀਂ, ਕੋਟਲੀ ਸ਼ਹਿਰ ਪੂਰਾ ਤੱਕ, ਫਿਰੀ ਤੁਰੀ ਸੈਰ ਸਪਾਟੇ ਕਰੀ, ਪਾਰਕਾਂ 'ਚ ਗਈ ਹੈ, ਉੱਥੇ ਸੈਰ ਕਰਾਈ ਪਈ, ਹੋਰ ਕਿੰਨੀ ਸੈਰ ਕਰ, ਥੱਕੀ ਨਾਲ ਇਹ ਰੋਲੀ ਵਿੱਚ ਸਕੀਮ ਬੈਠੀ ਵੀ ਹੈ ਚੋਪ। ਮਤਲਬ ਹੈ ਕਿ ਮਾੜਾ ਦੋਸਤ ਪ੍ਰੋਫੈਸਰ ਦਿੱਤਾ ਕੁਥਾ ਆ? ਤੁਸੀਂ ਕੀ ਨਹੀਂ ਪਤਾ, ਉਹ ਕਿੱਥੇ ਹੋ ਸਨ? ਲੈ ਵਿੱਚ ਬੈਠੇ ਤਜਰਬੇ ਕਰਨੇ ਹੋ ਸਨ। ਅੱਛਾ ਅੱਛਾ, ਤਾਂ ਉਹ ਨਿੱਕਾ ਅਸਿਸਟੈਂਟ ਕੁਥਾ ਆ? ਉਹ ਬਾਹਰ ਗਿਆ ਸੌਦਾ ਕਿੰਨੇ ਸੇ। ਇਸ ਤਰ
ماں مطلب ہے اساں دوے ایتھے کلے ہاں جی کوئی گپ شپ کرنے ہاں چاچا جی تساں وی گپ شپ نہیں نہیں ماڑا مطلب ہے ماڑے دوست دیتے کی پیج الا سبو میں بے رکھ پیج ہاں بھائی پروفیسر مکی با کیا کر دی جلدی جلدی مکی چیر پہ آنو کیا پہ کرنا سے تک تماشا کیا کرنا سا تجربہ کرنا سا نا ایک بار ماڑا تجربہ تو کامیاب ہوں دے پہلا ٹیکا تو کی لا سا جے تو ہوئی گیا جوان سمجھ میں امیر ہوئی گیا اوئے پروفیسر دتیا اینا تجربے باہر نکلیا اوئے باہر نکلیا او کوئی دنیا وچ آ اوئے او کیا تو حالت بنائی اپنی اوئے بال کٹا اوئے مچھا کٹا اوئے کوئی انسان نہ کام کر تجربے وچ زندگی گزاری چھڑی اوئے کوئی اللہ رسول نہیں گلاں کر میں تو اگلا شنا دنیا نہیں گلاں کرنے واسطے تو اپنی گلاں کرنا تو دنیا داری نہیں گل کری کنا او دتیا تو ہی تا پتہ ہے ماں ایک پتر دنان بھی آ او مکی یاد بھی آشنا جس ویلا میں اس کی تکیا سا وہ نکا جا بچہ سا ماشاء اللہ ہوں جوان ہوئی گیا میں چاہنا ہے کہ میں اپنے پتر دنان تا تواری تھی اور میرا نا بیا کرائی شرا او تک مارے دوست تو نہ نہ کریا پھر نہ کرنا پہ نہیں ماڑا مطلب ہے ہاں اے تیری ہاں بھی عجیب بھی ہے او میں پھر ہاں سمجھا تی بھی تواری ہے پتر بھی تواڑا ہے مکی کیا آخنا ہے کرا بیا بس ایک باری مکی پتر دسی چھوڑیا باقی میں کوئی اعتراض نہیں کی ہے نا میں اپنے پتر دے نال کی کی نہیں تائسا تو تکی کی نہیں اچھا پھر اسے والا ملاقات ہوسی ہن مکی تو گلاں لائی چھوڑیا ہمارا تجربہ لیٹ ہو گیا پھر ملاقات ہوسی اللہ نے بولا شکر ہے مولا ہمارا ایک پتر دا مسئلہ حل ہو گیا عشا مکی سمجھ نہیں اشنی کہ میں تو اینا گل کس طرح شروع کرا کیا مطلب کس طرح کرا موہ نہ کرنا او گل تاں صحیح ہے پر مڑے کول گل شروع کرنے سے الفاظ کوئی نہیں الفاظ کرو کی نہیں کہ اچھو ورنا اچھا گل دس تو کی مڑا پیغام لبھی گیا سیا لبھی گیا سا پر مکی بہت سخت غصہ آیا تسا پر او کیاں او اس گل ہے جے تسا اپنے دوستا کی آہنا سی تو تسا اپ کو آکھے کی نو ورنا اصل وجہ ہے کہ میں دوسرے گراں چ رہنا ہاں تے ایتھے میں کیمیکلاں کاروبار کرنا ہے میں سوچیا کہ تساں مائنڈ کری چھوڑ سو اس وجہ تھی میں اپنے دوستے ہی آکھیا سی تے ویسے میں بھی تساں نوں پیچھا کرنا رہیا تساں شک نہیں سی ہویا نا مکی تے پتہ ہی کوئی نہیں چلیا بچی لگنی اچھا کی تے پھر تساں اپو جرت کری چھوڑو ہے نا میں کس طرح کراں ہر جرت تساں نواب زادے او نواب تے میں ایک دن بنی جاساں بس تجربہ کامیاب ہون دیو تجربہ کیڑا تجربہ اے پروفیسر دیتا اور کری رہنا تے میں انہیں کیمیکل دینا ہے تے اگر او تجربہ کامیاب ہوئی گیا نا تے میں اس علاقے نا کروڑ پتی آدمی بنی جاساں پھر میں تساں پکا پکا اپنے گرام مہاڑ کے نیچے جساں تو گئی ہے کدے مہاڑ نہیں بڑی خوبصورت جگہ ہی تو اتھے میں چھنگے نے کٹھر جوساں نا تو تو اتھے چکر نہ آیا تے گل کریں کیا مطلب اونچی جگہ ہی ہے نا چھوڑو تساں انہاں گلاں کی اتنا پیارا موسم ہے کوئی پیار نہیں گلاں کرنے میں تاں تہاڈے نال بہت پیار کرنا ہے تساں ماڑی خاطر کیا کر سکنا ہے میں پٹھیاں بلوا جی ماری سکنا ہے مالا ماری کہہ دسو او میں مذاق کرنا ہے تو کی اساں نے نہیں گلا پتہ ہی کہ جلے تو اسنی ہے نا تے مکی بہت سونی لگنی ہے کو پیار نہ کیتا گئی کہ دسو تارا چڑھ گیا لوئی والا تارا چڑھ گیا لوئی والا سرخ دوپٹے والی ہے تیرا نخرائے گوئی والا سرخ دوپٹے والی ہے تیرا نخرائے گوئی والا سامن کے نہیں آنا سامن کے نہیں آنا تساں خط پانے رہ سو اساں خط بھی نہیں پانا تساں خط پانے رہ سو اساں خط بھی نہیں پانا آج کل ایس ایم ایس نہ دو رہا موبائل سروس نہ دو رہا اچھا چھوڑ ساری گلاں تو اپنے امی ابے نال گل کرنا تے پھر میں پکیاں پکیاں تو اپنے گراں کی نہیں جولاں میں اپنے امی ابے نال گل کرساں ماڑے امی ابے اور ماڑی گل نہیں ٹالن لگی میں تہاڈے پیار وچ پاگل ہوئی گیا اچھا اور تو سمے کی پاگل کرنا چاہنے ہاں تے اٹھ ایتھے کتنا حسین موسم ہے اس موسم نوں لطف اٹھانا ہے
क्या चेहरा बनाया तू प्रोफेसर दिया, कितना खूबसूरत कर रहा। कल तुम याद आया माड़ा तेरे को सिर टाइम हो गया। खेल ना खराब करिया, चुप कर।
ਤੁਸੀਂ ਥਾਂ ਜਾਣਾ ਹੋਏ। ਅਸਲਾਮ ਅਲੈਕਮ ਪ੍ਰੋਫੈਸਰ ਉਰਦੂ। ਅਲੈਕਮ ਸਲਾਮ। ਕੀ ਹਾਲ ਹੈ? ਬੈਠੋ ਬੈਠੋ ਬੈਠੋ। ਤਖ ਤਮਾਸ਼ਾ। ਉਹ ਕੀ ਹਾਲ ਹੈ ਪ੍ਰੋਫੈਸਰ ਉਰਦੂ? ਬਸ ਯਾਰ ਠੀਕ ਠਾਕ ਹਾਂ। ਤੇ ਦੱਸ ਯਾਰ ਤੁਹਾਡੇ ਤਜਰਬੇ ਨਾਲ ਕਿਆ ਹੋਇਆ? ਮਾੜਾ ਤਜਰਬਾ ਠੀਕ ਹੀ ਆ। ਤੂੰ ਆਪਣੀ ਖੈਰ ਮਨਾ। ਹੋਰ ਕਿਸ ਤਰ੍ਹਾਂ ਆਏ? ਓਏ ਪ੍ਰੋਫੈਸਰ ਦਿੱਤਿਆ, ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਕਿ ਤੂੰ ਆਪਣੇ ਧੀਆਂ ਵਿਆਹ ਮਾੜੇ ਪੁੱਤਰਾਂ ਨਾਲ ਕਰਾਈ ਛੱਡ। ਅੱਬਾ ਅੱਬਾ ਮਾੜਾ ਵਿਆਹ ਕੀ ਨਾ ਅਗਲੇ ਨੇ? ਉਹ ਤਾਂ ਗੱਲ ਕਰਨਾ ਨਾ ਓਏ। ਉਹ ਤੂੰ ਕੀ ਮੈਂ ਆਖਿਆ ਸਾ ਕਿ ਆਪਣੇ ਪੁੱਤਰਾ ਕੀ ਇੱਕ ਵਾਰੀ ਮੈਂ ਕੀ ਦੱਸੀ ਛੋੜ। ਮੈਂ ਪੁੱਤਰ ਤਾਂ ਕਿਹੀ ਆਇਆ ਨਾ। ਕੁਥਾ ਹੀ ਪੁੱਤਰ? ਇਹ ਕੋਈ ਬਾਂਦਰ ਨਾ ਪੁੱਤਰ ਆ, ਇਹ ਤਾਂ ਮਾੜਾ ਹੀ ਪੁੱਤਰ ਆ ਨਾ। ਪੁੱਤਰ ਘੱਟ ਦਾ ਤਜਰਬਾ ਜ਼ਿਆਦਾ ਲੱਗਣਾ ਪਿਆ। ਇਹ ਕੁੱਥਾ ਤਜਰਬਾ ਕਰਨਾ ਰੇ? ਇਹ ਤੂੰ ਤਜਰਬਾ ਨਜ਼ਰੇ ਸੀ ਨਾ, ਇਹ ਮਾੜੀ ਮਿਹਨਤ ਸੀ, ਇਹ ਮਾੜੀ ਕਾਬਿਸ਼ ਸੀ, ਇਹ ਮਾੜਾ ਪੁੱਤਰ ਆ। ਓਏ ਇਹ ਪੁੱਤਰ ਆ ਹੀ? ਉਹ ਦੂਆ ਪੁੱਤਰ ਕੁੱਥੇ? ਓਏ ਮਾੜਾ ਬੜਾ ਪੁੱਤਰ ਇੰਗਲੈਂਡ ਗਿਆ, ਤੇ ਇਹ ਨਿੱਕਾ ਪੁੱਤਰ ਆ ਤਾਂ ਲਾਡਲਾ ਪੁੱਤਰ ਆ। ਯਾਰਾ ਪ੍ਰੋਫੈਸਰ ਉਰਦੂ, ਜੇ ਤੂੰ ਮਾੜਾ ਦੋਸਤ ਨਾ ਆਉਣਾ ਤਾਂ ਮੈਂ ਤੁਹਾਡੀ ਉਰਦੂ ਨੀ ਸਾਰੀ ਗ੍ਰੈਮਰ ਖਰਾਬ ਕਰੀ ਛੋੜਨੀ ਆ। ਓਏ ਮੈਂ ਇਸਕੀ ਰਾਜ਼ੀ ਕਰਦਾ ਗਿਆ ਸਾਂ, ਉਹ ਤੁਹਾਡੀ ਕਰਤੂਤਾਂ ਵਜ੍ਹਾ ਮੈਂ ਅੱਜ ਬੇਇੱਜ਼ਤ ਹੋਣਾ ਆ। ਪ੍ਰੋਫੈਸਰ ਦਿੱਤਿਆ ਮੈਂ ਮਦਦ ਚਾਹੁੰਦਾ ਹਾਂ। ਬਹਰਹਾਲ ਮੈਂ ਤੁਹਾਡੇ ਰਿਕੁਐਸਟ ਕਰਨਾ ਹੈ ਕਿ ਠੰਡੇ ਦਿਲ ਨਾਲ ਤੂੰ ਸੋਚ, ਤੂੰ ਹਾਂ ਕਰ, ਚਾਰ ਪੈਸੇ ਲਕਸ਼ਮ ਦਾ ਇਸੇ ਵੀ ਸ਼ਾਦੀ ਹੋ ਜਾਸੀ। ਤੂੰ ਕੀ ਜ਼ਰਾ ਵੀ ਸ਼ਰਮ ਨਹੀਂ ਆਈ? ਹੋ ਮਾੜੀ ਐਫੇ ਪੜੀ ਵੀ ਕੁੜੀ, ਇਤਨੀ ਖੂਬਸੂਰਤ ਕੁੜੀ, ਇਸ ਮਾਜ਼ੂਰ ਬੱਚੇ ਨੇ ਪੱਲਾ ਤੂੰ ਬਣਾ ਚਣਾ? ਉਹ ਵੀ ਤੁਹਾਡੀ ਧੀਆ ਨਾ ਯਾਰਾ। ਓਏ ਪ੍ਰੋਫੈਸਰ ਦਿੱਤਿਆ, ਉਹ ਨੀ ਮਾਫ ਕਰ ਛੜਿਆ, ਮੈਂ ਆਪਣੇ ਸਵਾਦ ਦੀ ਖਾਤਰ ਤੁਹਾਡੀ ਧੀਉਣੀ ਜ਼ਿੰਦਗੀ ਦਾ ਬਦਲਾ ਲੱਗਾ ਸਾਂ। ਓਏ ਹਰ ਮਾਉ ਪਿਓ ਨੀ ਖਾਸ਼ ਹੋਣੀ ਕਿ ਉਸਨੇ ਔਲਾਦ ਨਾਲ ਘਰ ਬਸਾ, ਮੈਂ ਗਲਤੀ ਪੁਰਸਾਂ, ਹਾਲਾਂਕਿ ਉਹ ਵੀ ਮਾੜੀ ਧੀ ਸੀ। ਉੱਠੋ ਬੱਚਾ, ਤੁਹਾਡੇ ਨਸੀਬ ਹੀ ਅੱਜ ਲਿਖੇ। ਮੈਂ ਤਾਂ ਆਪਣੀ ਧੀ ਨਾ ਪਿਆ, ਉਸਨੇ ਪਸੰਦ ਨਾ ਲਈ ਕਰਾ ਸਾਂ। ਬਸ ਇੱਕ ਵਾਰੀ ਮਾੜਾ ਤਜਰਬਾ ਕਾਮਯਾਬ ਹੋਈ ਜਾ ਤਾਂ ਮੈਂ ਅਮੀਰ ਆਦਮੀ ਬਣੀ ਜਾ। ਮਾੜੀ ਜ਼ਿੰਦਗੀ ਨੇ 20 ਸਾਲ ਇੱਕ ਫਾਰਮੂਲਾ ਇਜਾਦ ਕਰਨੇ ਪਰ ਗੁਜ਼ਰੀ ਗਏ। ਜੀ ਸਾਹਿਬ ਜੀ। ਅਲਾ ਤੂੰ ਆਪਣਾ ਹੱਥ ਦਾ ਦੱਸਾਂ। ਐ ਨੋ ਸਾਹਿਬ ਜੀ, ਸਾਹਿਬ ਜੀ ਤੁਸੀਂ ਨਜੂਮੀ ਵੀ ਬਣੀ ਗਏ। ਉਹ ਨਜੂਮੀ ਨਾ ਬਣਿਆ, ਉਹ ਜਿਹੜੇ 20 ਸਾਲ ਮੈਂ ਇੱਕ ਤਜਰਬੇ ਪਰ ਗੁਜ਼ਾਰੇ ਨਾ,
ते मैं एक फार्मूला तैयार किया जी साहब जी ते मिकी ओ फार्मूला अपने पर आजमान दे नहीं साहब जी नहीं ओए नहीं हमारे ऊपर ना मौत साहब जी आजमान दे यार नहीं साहब जी मैं आजमान दे नहीं साहब जी मैं तो सारा करलो मुलाजम नहीं साहब जी ए भी नसी गया मैं फार्मूला कुछ सफर आजमासा माड़ा तजर्बा कामयाब हो गया यरा उर्दू बचपन तू लई ते हुण तक हर वेले तू मेरे नाल तावन किया माड़ा साथ दिता ते हिक तावन होर करी छो करसा तावन तावन करसा बचपन से किनीता आज तक तो हैनल में टाउन करना ही रिया गोला शरार तू करना हन से तो मार में खाना सा मैं हर मामले तानल टाउन की था ए माड़ा फार्मूला अपने ब्रजमान दे ने हुन ने तजुर्बा अपने प्यारे ते सोने तो सबरी ओ ठारो न सनो ओ ठार राव ओ ठार Yeah!
ਡੈਡ ਇਹ ਕੀ ਕੀਤਾ ਨੇ ਹੁਣ ਮਾੜੇ ਵਿਆਹ ਨਾ ਕਿਹਾ ਸੀ ਉਹ ਧੀਰੇ ਫਿਕਰ ਨਾ ਕਰ ਮਾੜੇ ਤੋਂ ਇਸ਼ਨਾ ਵੀ ਲਾਵਾ ਜਾ ਪ੍ਰੋਫੈਸਰ ਸਾਹਿਬ ਇਹ ਕਿਆ ਕੀਤਾ ਨੇ 15 ਮਹੀਨੇ ਹੋਈ ਗਏ ਮਾੜੀ ਤਨਖਾਹ ਨਹੀਂ ਤੁਸੀਂ ਦਿੱਤੀ ਉਪਰੋਂ ਮਾੜੀ 10 ਸਾਲ ਉਮਰ ਕਟਾਈ ਛੋੜੀ ਨੇ ਬੱਚਿਆ ਤੂੰ ਫਿਕਰ ਨਾ ਕਰ ਮਾੜਾ ਨਾ ਪ੍ਰੋਫੈਸਰ ਦਿੱਤਾ ਹੈ ਇਸ ਮੁਲਕ ਨੇ ਬੜੇ ਬੜੇ ਕੈਮਿਸਟ ਨੇ ਮਾਹਿਰ ਜਿਹੜੇ ਨਾ ਉਹ ਮਾੜੇ ਸ਼ਾਗਿਰਦ ਮੈਂ ਕੋਈ ਨਾ ਕੋਈ ਯਾਦ ਕੱਢੀ ਕਿ ਤੂੰ ਬਸ ਤੱਕ ਤਮਾਸ਼ਾ ਜ਼ਰਾ ਮਿੱਕੀ ਫੋਨ ਤਾਂ ਪਕੜਾ ਆਰਫ ਜ਼ਰਾ ਕਰਦਾ ਪ੍ਰੋਫੈਸਰ ਸਾਹਿਬ ਹੋਰਾਂ ਨਾ ਮਿੱਕੀ ਜ਼ਰਾ ਕੈਮੀਕਲ ਨਹੀਂ ਲਿਖ ਦਿੱਤੀ ਉਹ ਜ਼ਰਾ ਤੂੰ ਚਾਹੀ ਕਿ ਨੱਚੀ ਦਾ ਮਾੜੇ ਕੋਲ ਹਾਂਜੀ ਹਾਂਜੀ ਬਾਏ ਤੂੰ ਕੀ ਘਬਰਾਨੀ ਹੈ ਤੱਕ ਪ੍ਰੋਫੈਸਰ ਸਾਹਿਬ ਜਿਹੜਾ ਵੀ ਤਜਰਬਾ ਕਰਦੇ ਨਾ ਕਾਮਯਾਬ ਕਰਨੇ ਨੇ ਉਹਨਾਂ ਮਾੜਾ ਕੱਦ ਛੋਟਾ ਕਰੀ ਕਹਿੰਦਾ ਉਹ ਵੱਡਾ ਵੀ ਕਰਸਨ ਦਾ ਮਾੜਾ ਕੱਦ ਤੂੰ ਨਾ ਘਬਰਾ ਉਹ ਬਾਬਾ ਜੀ ਜੁਲੋ ਉਹਨਾਂ ਕੀ ਜਲਦੀ ਬੁਲਾਈ ਤਾਂ ਆਨੋ ਅੰਦਰ ਜੁਲੋ ਤੂੰ ਨਾ ਘਬਰਾ ਕੈਮੀਕਲ ਆਈ ਜੁਲਸਨ ਫਿਰ ਮਾੜਾ ਕੱਦ ਬੜਾ ਹੋ ਜੂਸੀ ਫਿਰ ਤੜਾ ਤਾਂ ਮਾੜਾ ਵਿਆਹ ਹੋ ਸੀ ਮੈਂ ਖਿਆਮ ਹੀ ਹਾਂ ਯਾਰ ਆਵਾਜ਼ ਤਾਂ ਉਸੇ ਹਲ ਕੱਢ ਰਹਾ ਲੇਕਿਨ ਤੂੰ ਕਿਸ ਤਰ੍ਹਾਂ ਖਿਆਮ ਹੋ ਸਕਣਾ ਹਾਂ ਨਾ ਤੁਹਾਡਾ ਵੀ ਖਿਆਮ ਹੋ ਸਕਣਾ ਲੇਕਿਨ ਨਿੱਕਾ ਜਾ ਤੂੰ ਜੜਾ ਨਾ ਖਿਆਮ ਮਾੜੇ ਦੋਸਤੇ ਬੁਲਾਈ ਉਹ ਮੈਂ ਖਿਆਮ ਹਾਂ ਯਾਰ ਖਿਆਮ ਆਪ ਵੀ ਖਿਆਮ ਹੋ ਤੂੰ ਕਿੱਥੋਂ ਖਿਆਮ ਆਇਆ ਤੂੰ ਭੁੱਲੀ ਗਏ ਮੰਡੀ ਨਾਲੇ ਪਰ ਇਕੱਠੇ ਨਾਉਣੇ ਹੋਣੇ ਸੀ ਨਾਉਣੇ ਹੋਣੇ ਸੀ ਹਾਂ ਖਿਆਮ ਨਾਲ ਤੂੰ ਭੁੱਲੀ ਗਏ ਮੈਂ ਆਪਣੀ ਮੂੰਹ ਬੋਲੀ ਪੈ ਨਿਸ਼ਾ ਨਾਲ ਤੁਹਾਡੀ ਮੁਲਾਕਾਤ ਕਰਾਈ ਸੀ ਉਹ ਰੋਲੀ ਹਿਲ ਪਰ ਨਾਲ ਵਿੱਚ ਵੀ ਕੁਝ ਕਾਲਾ ਦਿਸਣਾ ਤੁਸੀਂ ਸਾਰੀਆਂ ਗੱਲਾਂ ਦਾ ਪਤਾ ਆ ਮੈਂ ਸ਼ੱਕ ਪੈ ਨਹੀਂ ਕਿ ਖਿਆਮ ਤੁਸੀਂ ਅੰਦਰੋਂ ਪੜ੍ਹਾਈ 'ਤੇ ਭੇਜਿਆ ਕਿ ਸ਼ੁਗਰ ਲਾ ਉਸ ਨਾਲ ਉਹ ਮੈਰਾ ਬੇਬੀ ਤੁਸੀਂ ਵੀ ਇਸ ਨਾਲ ਮਜ਼ਾਕ ਸ਼ਾਮਿਲ ਹੋ ਗਏ ਹੋ ਮੈਂ ਕਨਫਿਊਜ਼ ਹੋ ਗਿਆ ਸਹੀ ਸਹੀ ਦੱਸੋ ਇਹ ਕਿਆ ਹੋ ਰਿਹਾ ਮੈਂ ਕਿੰਨੀ ਵਾਰ ਦੱਸਾਂ ਖਿਆਮ ਹੈ ਖਿਆਮ ਹੈ ਖਿਆਮ ਹੈ ਤੁਸੀਂ ਕਿਉਂ ਨਹੀਂ ਯਕੀਨ ਕਰਦੇ ਮੇਰੀ ਗੱਲ 'ਤੇ ਉਹ ਮੈਂ ਖਿਆਮ ਹਾਂ ਉਹ ਮੈਂ ਖਿਆਮ ਹਾਂ ਖਿਆਮ ਹਾਂ ਤੂੰ ਕੀ ਨਾ ਸਮਝਣ ਵਾਲਿਆ ਦੋਸਤਾ ਤੂੰ ਕੀ ਨਾ ਸਮਝਣਾ ਤੂੰ ਕਿੱਥੋਂ ਖਿਆਮ ਹੈ ਖਿਆਮ ਤਾਂ ਬੜਾ ਸਾਰਾ ਸੀ ਤੂੰ ਨਿੱਕਾ ਜੇ ਉਹ ਮੈਂ ਬੜਾ ਹੀ ਸਾਂ ਪ੍ਰੋਫੈਸਰ ਸਾਹਿਬ ਹੋਰਾਂ ਮਾਲੇ ਪਰ ਤਜਰਬਾ ਕੀਤਾ ਮੈਂ ਟਿੱਕਾ ਲਾਇਆ ਮਾੜਾ ਕੱਦ ਨਿੱਕਾ ਹੋ ਗਿਆ ਓਏ ਵਾਕਈ ਤੂੰ ਉਹ ਗਿਆ ਮੈਂ ਆਹਾਂ ਇਸ ਦਾ ਮਤਲਬ ਹੈ ਕਿ ਤਜਰਬਾ ਕਾਮਯਾਬ ਹੋ ਗਿਆ ਕਾਮਯਾਬ ਕਿਥ ਆਇਆ ਫਲਾਪ ਹੋ ਗਿਆ ਉਹ ਫਲਾਪ ਕਿਥ ਹੋ ਗਿਆ ਅਗਰ ਕੱਦ ਛੋਟਾ ਕਰ ਰਿਹਾ ਫਾਰਮੂਲਾ ਬਣ ਗਿਆ ਨਾ ਤੇ ਕੱਦ ਬੜਾ ਕਰ ਰਿਹਾ ਫਾਰਮੂਲਾ ਵੀ ਬਣ ਗਿਆ ਸੀ ਓਏ ਇਹ ਪਰਚੀ ਕਿਨ ਪ੍ਰੋਫੈਸਰ ਸਾਹਿਬ ਨੇ ਕੀ ਦਿੱਤੀ ਸੀ ਕਿ ਕੈਮੀਕਲ ਮੰਗਵਾਈ ਕਿਨ ਤੇ ਮਾੜਾ ਕੱਦ ਬੜਾ ਹੋ ਜੂ ਸੀ ਇਹ ਕੈਮੀਕਲ ਮੈਂ ਭੇਜੀ ਹੋ ਸਾ ਗੁੱਡ ਪ੍ਰੋਫੈਸਰ ਤੂੰ ਫਿਕਰ ਨਾ ਕਰ
इस तरह बाज नहीं आने लगा अपर फिर पाग रखी डॉक्टर टीका बेहतर है टीका लगसी फिर आपू बड़ा हो जासे पुत्र अरे दुनिया पर आने पे और सलाम अलैकुम। मैं क्या जी सलाम अलैकुम। वालेकुम अस्सलाम। इतनी देर लाई ने जी। मैं क्या जी सलाम अलैकुम। वालेकुम अस्सलाम। ओ मैं क्या जी सलाम अलैकुम। वालेकुम अस्सलाम जी। तुसा हमारा मतलब ना समझे। मैं क्या जी सलाम अलैकुम। अर्ज बान सलाम अलैकुम ही आखी ना जी। सलाम अलैकुम दा मतलब हुंदा है तुसा पर सलामती होवे। ये है कौन है रूड़ी ना खोता प्रोफेसर हो रहे ना दिता साहब। ए दिता साहब सैंसदान जी जी जी। कोई इसकी इजाद कीता टीका इसकी था जी है जी। बढ़िया तारीफ़ हाँ बढ़िया तो मत उसानिया। हाँ जी मुबारक हो उस जनाने की जिस ये संस्थान जमे हैं। खैर इन्हें मालिक जी की हम लाया नहीं मिकी आसाने पुत्र है की जरा बड़ा करी छोड़ो पला हो सीए इस ना रिश्ता नहीं पिया होना तो अस डाड़े परेशान हो। हाँ टीका में नाल ही नहीं है यासमीन और दस्या सा के तुसा की टीका लगवाना चाहने हो कुछ की टीका लगवाना चाहने हो। इस निके की जी इसकी टीका लाओ ताकि इसने कद बड़ा हो इसना फिर मैं ब्याह करां जी। आ इसना नहीं इसना तुसा की नहीं पता कि मैं एक फार्मूला इजाद कीता जड़ा निक्के की बड़ा ते बड़े की छोटा करी छोड़ना। आला जी। हाँ नहीं जी आला ना निजाम जो है जी इसकी अटकल क्या होसी इसने सरे पर ते जुमा इतनी होसी फिरी फिरी थक जानी होसी ना तुसा निक्के की बड़ा करी छोड़ आऊं करना है 2 मिनट च आला लाओ टीका। अब्बा ए ना ये पीछू जा इके फिर क्या करते क्या आए खंदूरी बनी गई फिर क्या करते तुसा किसे टीका लाछो तुसा ना हाथ एक जगह पर नहीं सकना ना करे ना करे आ जा आ बच्चे निक्किया टीका लाए कि लीला को आई बस बेवा औरत की आ जाती कल आई अल्लाह
ला आपू कर सकना ये तो चबोली ओई मैं बड़ा होई गया अब्बा ओ मैं बड़ा होई गया ओ इसने पे कद बड़ा होई गया ओ शुक्र है मैं बड़ा होई गया माशाल्लाह अल्लाह पाक तेरा शुक्र है ओए मिकी माड़ा दादा याद अच्छी रिया उसने मैं फोटो तो की बिल्कुल इस तरह होनी सी मैं बड़ा होई गया ये छत माड़े नड़े रे हुन ते माड़ा ब्याह होई गया सी ना हुन ब्याह हो जासी तुम्हारा पुत्र क्यों ना हो जी बहुत जवान होई गया अल्लाह तुम्हारी जिंदगी करे पर मिकी इस गल नी उम्मीद को नहीं जी है कौन है सो की मैं पहले पूरा चखिया वे तक तमाशा हुन मिकी पहचानना भी नहीं इतना जैसा जिसने बड़ा कीता तुसा मिकी टीका लाया सा ना और कुछ लाया अल्लाह तुसा नी खैर करे हुन मैं भी तुसा की टीका ला सा ना ना इसकी मने कर ना 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 मड़ा पुत्र नहीं 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 ना मैं तुसा की टीका ला सा ना अम्मा ए तारे टीका नहीं लवाना मैं इसकी टीका ला सा ना तू कुधर कर लाई सकना तू कोई साइंसदान है ए कोई साइंसदान है ए ते कोई पगड़ बिल्ला है ओए ए जे लगड़ पगड़ कोई साइंसदान होने तुसा की टीका इथे ही लासा नहीं टीका इथे ही लासा इथे रख के लासा टीका टीका बस तुसा की लगसी फारे होई गया ना वे इस तरह निकाल नहीं करी दी बेवकूफा खुदा ने शुक्र अदा कर पहले ऐसी लूर नूर फिरने से हां उन लोग की असने बुए खड़का सा ये लोग का डा बिस करने से असा की इतनी बिस्तियां तखियां में हां ते हुन तोड़ा पुत्र जवान तक मुछ के डी टैट्स इतना ते जवान होना चाहिए काम करे ना करे रिश्ता दे छोड़ने अम्मा मैं फिर निका हो गया सा और ता जे सोनी बोटी में आन सा इस कर एच नू माड़ी जे सोने चीले लाई के फिर सी मलवा सा उसकी अला मेहरबानी श्याम श्याम तू की याद है श्याम ना तो मैं अपनी सी ना ब्याह करी छोड़े तू ब्याह तो मुझे याद आया अंकल जी क्या होना पे अंकल जी अंकल 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 जी
ਪ੍ਰੋਫੈਸਰ ਦਿੱਤਿਆ ਉੱਠ ਓਏ ਉੱਠ ਤੱਕ ਕੌਣ ਆਇਆ ਜੀ ਇਹ ਬਾਲਾਂ ਨੇ ਹਾਲਤ ਕਿਆ ਬਣਾਈ ਹੈ ਉਹ ਉੱਠ ਓਏ ਅੱਜ ਤੁਹਾਡਾ ਦੋਸਤ ਆਇਆ ਓਏ ਪ੍ਰੋਫੈਸਰ ਉਰਦੂ ਆਇਆ ਅੰਕਲ ਜੀ ਅੱਜ ਨਹੀਂ ਉੱਠਲੇ ਉਹ ਨਹੀਂ ਉੱਠਲੇ ਇਨਾ ਲਿਲਾਹ ਵਾ ਇਨਾ ਇਲਾਹ ਰਾਜੇ ਨਹੀਂ ਉੱਠਲੇ ਉਹ ਪ੍ਰੋਫੈਸਰ ਅੰਕਲ ਓਏ ਸ਼ਾਮ ਪੁੱਤਰ ਹੌਸਲਾ ਕਰ ਓਏ ਹੌਸਲਾ ਕਰ ਓਏ ਦੁਨੀਆ ਇੱਕ ਮੁਸਾਫਰ ਖਾਣਾ ਹੈ ਉਹ ਜਿਹੜਾ ਇਸ ਦੁਨੀਆ ਵਿੱਚ ਆਇਆ ਉਸ ਨਾਲ ਇੱਕ ਨਾ ਇੱਕ ਦਿਨ ਤੂੰ ਚਲੇ ਜਾਣਾ ਠੀਕ ਆਲੇ ਸੀ ਪ੍ਰੋਫੈਸਰ ਦਾ ਤੁਸੀਂ ਠੀਕ ਆਲੇ ਸੀ ਅਚਾਈ ਨਾ ਨਤੀਜਾ ਹਮੇਸ਼ਾ ਅਚਾਈ ਬੁਰੇ ਕੰਮੇ ਹਮੇਸ਼ਾ ਬੁਰਾ ਨਤੀਜਾ ਹੋਣਾ ਜੇ ਪ੍ਰੋਫੈਸਰ ਅੰਕਲ ਅੱਜ ਤੁਸੀਂ ਇੰਨੀ ਨਸੀਹਤਾਂ ਪਰ ਅਮਲ ਕੀਤਾ ਹੋਣਾ ਅੱਜ ਤੱਕ ਇਹ ਦਿਨ ਨਾ ਤੱਕ ਨਾ ਪੈ ਜਾਏ ਨਾ ਤੱਕ ਨਾ ਪੈ ਜਾਏ ਨਾ ਤੱਕ ਨਾ ਪੈ ਜਾਏ ਪ੍ਰੋਫੈਸਰ ਦਾ ਅੱਜ ਮੈਨੂੰ ਇਸ ਤਰ੍ਹਾਂ ਪਤਾ ਲੱਗਣਾ ਜਿਸ ਤਰ੍ਹਾਂ ਮੈਂ ਯਤੀਮ ਹੋਈਆ ਯਤੀਮ ਹੋਈਆ ਓਏ ਮੈਂ ਤਾਂ ਧਿਆਨ ਓਏ ਚੋਰ ਜਿਸਕੀ ਮੈਂ ਚੋਰ ਸਾ ਨਾ ਉਹਨਾਂ ਦਾ ਓਏ ਜਾਨ ਹੀ ਛੋੜੀ ਗਿਆ ਜਾਨ ਹੀ ਛੋੜੀ ਗਿਆ ਪ੍ਰੋਫੈਸਰ ਸਾਹਿਬ ਅੱਜ ਵੀ ਗੱਲਾਂ ਛੋੜੀ ਇਸ ਦੁਨੀਆ ਤੋਂ ਚਲੇ ਗਏ ਪ੍ਰੋਫੈਸਰ ਸਾਹਿਬ ਬਸ ਮੇਰੇ ਖੁਸ਼ ਲੱਗ ਮੈਂ ਕਿੱਥੇ ਹੌਸਲਾ ਕਰਾਂ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਅੰਕਲ ਮਿਗੀ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ ਜਵਾਨ ਕੀਤਾ ਆਪਣੇ ਨਾਲ ਮਿਗੀ ਨਿੱਕੀਆਂ ਨਿੱਕੀਆਂ ਚੀਜ਼ਾਂ ਸਿਖਾਈਆਂ ਬੱਚਿਆਂ ਦੀ ਤਰ੍ਹਾਂ ਨਾ ਮਿਗੀ ਹਰ ਚੀਜ਼ ਦੱਸਦੇ ਹੁੰਦੇ ਸੀ ਔਰ ਆਪਣੀ ਆਪਣੀ ਇਕਲੌਤੀ ਬੇਟੀ ਮਾੜੇ ਸੀ ਮੈਂ ਲਈ ਦੁਨੀਆ ਪਾਣੀ ਤੋਂ ਰੁਖਸਤ ਹੋਈ ਹੈ ਅੱਜ ਮਿਗੀ ਇਸ ਤਰ੍ਹਾਂ ਪਤਾ ਲੱਗਣਾ ਜਿਸ ਤਰ੍ਹਾਂ ਮੈਂ ਬਿਲਕੁਲ ਤਨ ਤਨਾ ਆਖਰ ਮੈਂ ਪ੍ਰੋਫੈਸਰ ਅੰਕਲ ਮੈਂ ਸ਼ਗਿਰਦਾ ਮੈਂ ਇਹਨਾਂ ਨੂੰ ਉਹ ਮੇਰਾ ਕੀ ਪਤਾ ਲੱਗ ਸੀ ਉਹ ਪਤਾ ਨਹੀਂ ਕਿਆ ਕਰ ਸੀ ਕੋਈ ਨਹੀਂ ਉਸਕੀ ਮੈਂ ਸੰਭਾਲੀ ਕਿਨਸਾਂ ਉਸਕੀ ਮੈਂ ਸੰਭਾਲੀ ਕਿਨਸਾਂ ਉਸਕੀ ਮੈਂ ਸੰਭਾਲੀ ਕਿਨਸਾਂ ਬੇਟੀ ਹੈ ਉਹ ਪ੍ਰੋਫੈਸਰ ਅੰਕਲ ਲਈ ਬੇਟੀ ਹੈ ਨਾ ਉਹ ਵੀ ਹੌਸਲੇ ਵਾਲੀ ਹੈ ਉਹ ਵੀ ਟੀ ਸੀ ਪ੍ਰੋਫੈਸਰ ਅੰਕਲ ਨਾਲ ਸ਼ਗਿਰਦ ਨਾ ਹੌਸਲਾ ਤਾਂ ਹੈ ਨਾ ਹੈ ਜੀ ਸਾਹਿਬ ਉਹ ਹੌਸਲੇ ਨਾ ਹੌਸਲਾ ਦੇਣ ਵਾਲਾ ਹੀ ਨਹੀਂ ਰਿਹਾ ਹੌਸਲਾ ਖੁਦ ਸੀ ਹੁਣ ਚੰਗਾ ਨਹੀਂ ਕੀਤਾ ਉਸਨੂੰ ਪ੍ਰੋਫੈਸਰ ਸਾਹਿਬ ਸਾਰਾ ਕੁਛ ਸਿਖਾਈ ਹੱਥ ਟੁੱਟ ਗਏ ਇਹ ਬੇਇਨਸਾਫੀ ਹੈ ਬੇਇਨਸਾਫੀ ਹੈ ਪ੍ਰੋਫੈਸਰ ਸਾਹਿਬ ਆਪਣੇ ਪਿਓ ਦਾ ਪਿਆਰ ਦੇਈ ਆਪਣੇ ਆਪੇ ਕੀ ਕਿਉਂ ਕਸਿਆ ਨੇ ਬੜੇ ਕੋਲੋਂ ਕਿਉਂ ਕਸਿਆ ਹੈ ਇਸ ਜਹਾਨ ਵਿੱਚ ਕੋਈ ਵੀ ਨਹੀਂ ਪ੍ਰੋਫੈਸਰ ਸਾਹਿਬ ਮਰੇਗੀ ਪ੍ਰੋਫੈਸਰ ਸਾਹਿਬ ਨਹੀਂ ਮਾੜਾ ਪਿਆਰ ਲੱਗ ਰਿਹਾ